ਨਮਸਕਾਰ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਹੈਲੋ ਗਲੋਬਲ ਪੰਜਾਬ ਸ਼ੋਅ 'ਚ ਨੌਰਥ ਅਮਰੀਕਾ ਦੇ ਗਲੋਬਲ ਪੰਜਾਬ ਟੀਵੀ ਅਤੇ ਕੈਨੇਡਾ ਦੇ ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਆ ਵੱਲੋਂ ਦਿੱਤੇ ਗਏ ਇੱਕ ਬਹੁਤ ਵਿਵਾਦਿਕ ਬਿਆਨ ਦੀ। ਕੀ ਇਹੋ ਜਿਹੇ ਬਿਆਨ ਲੋਕਤੰਤਰ ਨੂੰ ਸ਼ੋਭਾ ਦਿੰਦੇ ਨੇ? ਕੀ ਸਮਾਂ ਆ ਗਿਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਬਤੌਰ ਮੁੱਖ ਮੰਤਰੀ ਆਪਣੇ ਲੀਡਰਾਂ ਅਤੇ ਵਰਕਰਾਂ ਉੱਤੇ ਲਗਾਮ ਕੱਸਣ? ਇਹ ਮਸਲਾ ਆਪਾਂ ਅੱਜ ਵਿਚਾਰਾਂਗੇ, ਪਰ ਉਸ ਤੋਂ ਪਹਿਲਾਂ ਮੈਂ ਇੱਕ ਵਾਰੀ ਫਿਰ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਪੈਸਿਫਿਕ ਟਾਈਮ ਮੁਤਾਬਿਕ ਸ਼ਾਮੀ 5:30 ਅਤੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ 8:30 ਮੰਡੇ ਤੋਂ ਫਰਾਈਡੇ ਲਾਈਵ ਦੇਖ ਸਕਦੇ ਜੇ ਅਤੇ ਹਿੱਸਾ ਲੈ ਸਕਦੇ ਜੇ। ਭਾਰਤੀ ਸਮੇਂ ਅਨੁਸਾਰ ਇਹ ਸ਼ੋਅ ਸਵੇਰੇ 6 ਤੋਂ 7 ਵਜੇ ਲਾਈਵ ਹੁੰਦਾ ਵਾ। ਇਹ ਸ਼ੋਅ ਗਲੋਬਲ ਪੰਜਾਬ ਦੀ ਫੇਸਬੁੱਕ 'ਤੇ ਵੀ ਲਾਈਵ ਹੈ ਅਤੇ ਤੁਸੀਂ ਆਪਣੇ ਕਮੈਂਟਸ ਉੱਥੇ ਪੋਸਟ ਕਰ ਸਕਦੇ ਜੇ। ਜਿਹੜੇ ਸਾਡੇ ਫੇਸਬੁੱਕ 'ਤੇ ਸ਼ਰੋਤਾ ਇਸ ਵੇਲੇ ਜੁੜ ਗਏ ਨੇ, ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਅਤੇ ਹੁਣ ਆਪਾਂ ਗੱਲ ਕਰਾਂਗੇ ਵਿਰਸਾ ਸਿੰਘ ਵਲਟੋਏ ਵੱਲੋਂ ਦਿੱਤੇ ਗਏ ਵਿਵਾਦਿਕ ਬਿਆਨ ਦੀ। ਪੰਜਾਬ 2017 ਚੋਣਾਂ ਦੇ ਮੱਦੇਨਜ਼ਰ ਰਾਜ ਵਿੱਚ ਪੰਜਾਬ ਦੇ ਵਿੱਚ ਖੂਬ ਬਿਆਨਬਾਜ਼ੀ ਇਸ ਵੇਲੇ ਹੋ ਰਹੀ ਹੈ। ਸਾਰੀਆਂ ਪਾਰਟੀਆਂ ਐਕਚੁਅਲੀ ਬਿਆਨਬਾਜ਼ੀ ਕਰ ਰਹੀਆਂ ਵਾਂ। ਸਿਆਸੀ ਪਾਰਟੀਆਂ ਇੱਕ ਦੂਜੇ ਖਿਲਾਫ਼ ਇਲਜ਼ਾਮ ਵੀ ਇਹ ਬਿਆਨਾਂ ਦੇ ਵਿੱਚ ਮੜ ਰਹੀਆਂ ਵਾਂ। ਸ਼ਾਇਦ ਕੋਈ ਪਾਰਟੀ ਵੀ ਇਹਨਾਂ ਇਲਜ਼ਾਮਾਂ ਦੀ ਰੇਸ ਵਿੱਚ ਘੱਟ ਨਹੀਂ। ਪਰ ਜੋ ਪਿੱਛੇ ਜੇ ਅਕਾਲੀ ਲੀਡਰ ਅਤੇ ਮੁੱਖ ਪਾਰਲੀਮਾਨੀ ਸਕੱਤਰ ਚੀਫ ਪਾਰਲੀਮੈਂਟਰੀ ਸੈਕਟਰੀ CPS ਜਿਹਨੂੰ ਕਹਿੰਦੇ ਆ ਵਿਰਸਾ ਸਿੰਘ ਵਲਟੋਆ ਨੇ ਕਿਹਾ, ਜੋ ਉਹਨਾਂ ਨੇ ਕਿਹਾ ਉਸਨੇ ਸਭ ਨੂੰ ਹੈਰਾਨ ਕਰ ਦਿੱਤਾ। ਇਟ ਸ਼ੌਕਡ ਪੀਪਲ। ਤਰਨ ਤਾਰਨ ਜ਼ਿਲ੍ਹੇ 'ਚ ਭਿੱਖੀਵਿੰਡ ਪਿੰਡ 'ਚ ਇੱਕ ਦਲਿਤ ਵਰਗ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਜੇ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕੁਨ ਹੈ ਉਹ ਬਾਜ ਨਹੀਂ ਆਉਂਦੇ, ਸੂਤ ਨਹੀਂ ਆਉਂਦੇ, ਤਾਂ ਉਹਨਾਂ ਨੂੰ ਛਿੱਤਰ ਫੇਰੋ। ਇਸ ਵੇਲੇ ਜਿਸ ਵੇਲੇ ਵਲਟੋਆ ਨੇ ਇਹ ਕਿਹਾ, ਪੰਜਾਬ ਦੇ ਇੱਕ ਮਿਨਿਸਟਰ ਗੁਲਜ਼ਾਰ ਸਿੰਘ ਰਾਣੀਕੇ ਵੀ ਉੱਥੇ ਉਹਨਾਂ ਦੇ ਨਾਲ ਉੱਥੇ ਹਾਜ਼ਰ ਸਨ। ਵਲਟੋਆ ਨੇ ਆਪਣੀ ਸਟੇਟਮੈਂਟ ਦਾ ਬਾਅਦ ਦੇ ਵਿੱਚ ਇਕਬਾਲ ਵੀ ਕੀਤਾ ਵੀ ਹਾਂ, ਉਹਨਾਂ ਕਿਹਾ ਵਾ ਵੀ ਕੱਲ੍ਹ ਜਿਹੜੇ ਆਪ ਦੇ ਵਰਕਰ ਆ ਇਹਨਾਂ ਨੂੰ ਛਿੱਤਰ ਫੇਰਨ ਦੀ ਲੋੜ ਆ। ਅਤੇ ਉਹਨਾਂ ਆਮ ਆਦਮੀ ਪਾਰਟੀ 'ਤੇ ਇਲਜ਼ਾਮ ਲਾਇਆ ਕਿ ਉਹ ਸਿਆਸੀ ਮਰਿਆਦਾ ਦੀ ਪਾਲਣਾ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਆਪ ਦੇ ਮੈਂਬਰ ਅਕਾਲੀ ਦਲ ਦੇ ਲੀਡਰਾਂ ਉੱਪਰ ਚਿੱਕੜ ਸੁੱਟ ਰਹੇ ਨੇ। ਵਲਟੋਆ ਨੇ ਅੱਗੇ ਕਿਹਾ ਕਿ ਉਹ ਮੁੱਦਿਆਂ ਦੀ ਰਾਜਨੀਤੀ, ਯਾਨੀ ਆਪ ਜਿਹੜੇ ਆ ਮੁੱਦਿਆਂ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ, ਔਰ ਅਕਾਲੀ ਦਲ ਮੁੱਦਿਆਂ ਦੀ ਰਾਜਨੀਤੀ ਕਰਨਾ ਚਾਹੁੰਦਾ ਵਾ, ਪਰ ਆਪ ਦੇ ਲੀਡਰ ਬਾਜ ਨਹੀਂ ਆ ਰਹੇ, ਜੋ ਅਕਾਲੀ ਦਲ ਦੇ ਲੀਡਰਾਂ ਦੇ ਸਬਰ ਤੋਂ ਇਸ ਵੇਲੇ ਬਾਹਰ ਹੋ ਚੁੱਕਾ ਵਾ। ਇਹ ਵਿਰਸਾ ਸਿੰਘ ਵਲਟੋਆ ਦਾ ਬਿਆਨ ਆ। ਹੁਣ ਉਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਊਗਾ, ਇਹ ਵੀ ਵਿਰਸਾ ਨੇ ਕਿਹਾ। ਆਮ ਆਦਮੀ ਪਾਰਟੀ ਨੇ ਕਿਹਾ ਕਿ ਵਲਟੋਆ ਦਾ ਬਿਆਨ ਉਹਨਾਂ ਦੀ ਨਿਰਾਸ਼ਤਾ ਦੀ ਨਿਸ਼ਾਨੀ ਹੈ। ਇਹਦੇ 'ਤੇ ਭਗਵੰਤ ਮਾਨ ਨੇ ਟਿੱਪਣੀ ਵੀ ਕੀਤੀ ਕਿ ਵਲਟੋਆ ਵੱਲੋਂ ਇਹ ਕਹਿਣਾ ਕਿ ਆਪ ਦੇ ਵਰਕਰਾਂ ਨੂੰ ਛਿੱਤਰ ਫੇਰੋ ਸਹੀ ਹੈ, ਅਸੀਂ ਤੁਹਾਡੇ ਵਿਚਾਰ ਵੀ ਜਾਣਨੇ ਚਾਹਾਂਗੇ। ਕੀ ਬਾਹਰਲੇ ਮੁਲਕਾਂ ਵਿੱਚ ਵੀ ਸਿਆਸੀ ਲੀਡਰ ਇਸ ਤਰ੍ਹਾਂ ਦੀ, ਮੈਂ ਕਹੂੰਗਾ, ਬੇਤੁਕੀ ਅਤੇ ਭੜਕਾਊ ਬਿਆਨਬਾਜ਼ੀ ਜਿਹੜੀ ਆ ਉਹ ਕਰਦੇ ਆ? ਜੇ ਵਿਰਸਾ ਵਲਟੋਆ ਇਹ ਕਹਿ ਰਹੇ ਆ ਕਿ ਆਮ ਆਦਮੀ ਪਾਰਟੀ ਮਰਿਆਦਾ ਤੋਂ ਬਾਹਰ ਜਾ ਰਹੀ ਆ, ਅਤੇ ਕੀ ਉਹਨਾਂ ਦਾ ਜਿਹੜਾ ਬਿਆਨ ਆ ਇਹ ਮਰਿਆਦਾ ਤਹਿਤ ਆ? ਇਹਦੇ 'ਤੇ ਤੁਹਾਡੇ ਵਿਚਾਰ ਵੀ ਜਾਣਨੇ ਚਾਹੁੰਦੇ ਹਾਂ। ਕੁਝ ਸੱਜਣ ਸਾਡੇ ਨਾਲ ਜੁੜ ਗਿਆ, ਦੇਖਦੇ ਹਾਂ ਕੀ ਕਹਿੰਦੇ ਆ। ਹੈਲੋ, ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਭਾਜੀ, ਪਹਿਲੀ ਤਾਂ ਗੱਲ ਇਹ ਆ ਜੀ, ਹਾਂਜੀ, ਜੇ ਇਹਨਾਂ ਨੂੰ ਸਾਡੇ ਬਾਹਰ ਵਾਲੇ ਲੀਡਰਾਂ ਨਾਲ ਤੋਲਣ ਲੱਗੀਏ ਤਾਂ ਇਹ ਉਸ ਲਾਇਕ ਹੈ ਨੀ ਗੇ। ਓਕੇ, ਦੂਜੀ ਗੱਲ ਆ ਕਿ ਜੋ ਕਿਸੇ ਦੇ ਕੋਲ ਹੁੰਦਾ ਉਹ ਉਹੋ ਹੀ ਵੰਡਦਾ ਹੁੰਦਾ ਜੀ। ਜੀ ਜੀ, ਮੈਂ ਤਾਂ ਇਹਨਾਂ ਨੂੰ ਕਿਸੇ ਲੀਡਰਾਂ 'ਚ ਗਿਣਦਾ ਨੀ। ਮੈਂ ਅੱਗੇ ਵੀ ਇੱਕ ਵਾਰੀ ਤੁਹਾਨੂੰ ਕਾਲ ਕਰਕੇ ਕਹੀ ਸੀ ਕਿ ਜਿੱਦਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਖਾਂ ਮੀਟੀਆਂ, ਇਹ ਇੱਕ ਅਕਾਲੀ ਦਲ ਨਹੀਂ, ਇਹ 15 ਅਕਾਲੀ ਦਲ ਇਹਦੇ ਵਿੱਚੋਂ ਹੋਰ ਪੈਦਾ ਹੋਣੇ ਨੇ। ਇਹ ਇੰਨੀ ਸੈਂਸ ਦੇ ਮਾਲਕ ਨੇ, ਇਹ ਕੁਛ ਹੀ ਕਰ ਸਕਦੇ ਨੇ। ਇਹਨਾਂ ਨੂੰ ਵਕਤ ਪਿਆ ਹੋਇਆ ਜੀ, ਇਸ ਕਰਕੇ ਪਖਲਾੜ 'ਚ ਨੇ। ਇਹਨਾਂ ਨੂੰ ਪਤਾ ਨੀ ਲੱਗਦਾ ਇਹਨਾਂ ਨੇ ਕੀ ਕਹਿਣਾ ਕੀ ਨਹੀਂ ਕਹਿਣਾ। ਇਹਨਾਂ ਦਾ ਜੇ ਪਿਛੋਕੜ ਦੇਖਿਆ ਜਾਵੇ, ਲੀਡਰ ਬਣਨ ਦੇ ਲਾਇਕ ਨਹੀਂ ਸੀਗੇ। ਇਹ ਤਾਂ ਪੈਰ ਥੱਲੇ ਬਟੇਰਾ ਆ ਗਿਆ, ਇਹੋ ਜਿਹੇ ਬਦਮਾਸ਼ ਬੰਦੇ ਉਹਨਾਂ ਨੇ ਇਕੱਠੇ ਕਰਨੇ ਸੀ, ਕਰ ਲੈ ਤੋ ਆਪ ਧੂਤੀਆਂ ਬੋਲੀ ਜਾਂਦੇ ਨੇ। ਇਸ ਕਰਕੇ ਇਹਨਾਂ ਨੂੰ ਪਖਲਾਈ ਹੋਈ ਹੈ ਜੀ ਭਾਜੀ, ਹੋਰ ਕੋਈ ਗੱਲ ਨੀ ਜੀ। ਓਕੇ ਜੀ, ਓਕੇ, ਬਾਏ ਬਾਏ। ਮਿਹਰਬਾਨੀ ਮਿਹਰਬਾਨੀ ਭਾਈ ਸਾਹਿਬ, ਮਿਹਰਬਾਨੀ ਭਾਈ ਸਾਹਿਬ। ਇਹ ਸ਼ੇਰਗਿੱਲ ਸਾਹਿਬ ਲੋਸ ਏਂਜਲਿਸ ਤੋਂ ਕਹਿ ਰਹੇ ਸਨ। ਮੀਨਵਾਈਲ ਰਿੰਕੂ ਰੰਧਾਵਾ ਵੀ ਇਸ ਵੇਲੇ ਸਾਡੇ ਨਾਲ ਜੁੜ ਗਿਆ। ਬਲਜੀਤ ਬੱਸੀ, ਕੇਲੀ ਹੇਅਰ, ਰਾਜਾ ਅਥਵਾਲ, ਇਹ ਸਾਰੇ ਫਤਿਹ ਬੁਲਾਰੇ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਗਲੀ ਕਾਲ ਲਾਉਂਦੇ ਹਾਂ, ਦੇਖਦੇ ਹਾਂ ਅਗਲੇ ਕਾਲ ਕੀ ਕਹਿਣਾ ਚਾਹੁੰਦੇ। ਹੈਲੋ, ਹਾਂਜੀ, ਸੰਧੂ ਸਾਹਿਬ ਸਤਿ ਸ਼੍ਰੀ ਅਕਾਲ, ਮੈਂ ਬਲ ਬੋਲਦਾ ਜੀ ਹਰਿਆਣਾ ਤੋਂ। ਹਾਂਜੀ ਹਾਂਜੀ ਬਲ ਸਾਹਿਬ। ਸੰਧੂ ਸਾਹਿਬ, ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਵਲਟੋਆ ਵੀ ਬੋਲਿਆ, ਸੁਖਬੀਰ ਬਾਦਲ IAS ਨਾਲ ਜੋੜਿਆ ਵਾ ਆਪਾਂ ਨੂੰ ਜੀ ਖਾਂ ਨੂੰ,
एक ना बड़ा वड्डा काम किया वा कि तुहानू भी नहीं पता लगा क्योंकि असीं भी तुहाडे वर्गे जिहड़े पत्रकार आए इस गल नूं चुकणगे। हाँ जी ਤੁਸੀਂ ਹੋਰਾਂ ਵੱਲ ਪਏ ਰਹੇ ਤੇ ਦਾਲ ਆਉਣ ਤੇ ਬਿਠੇ ਵੱਖਰਾ ਹੀ ਆਪਣਾ ਦਾਲ ਆ ਗਈ। ਤੁਹਾਨੂੰ ਸ਼ਾਇਦ ਇਹ ਪਤਾ ਹੋਣਾ ਚਾਹੀਦਾ ਤੁਸੀਂ ਕੀਤੀ ਦੀ ਨਹੀਂ ਪਿੰਕੀ ਕੈਟ ਦੀ ਇੰਟਰਵਿਊ ਵੀ ਕੀਤੀ ਸੀਗੀ। ਹਾਂਜੀ 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 ਉਹਨੇ ਤੁਸੀਂ ਵੀ ਖੁਲਾਸਾ ਕੀਤਾ ਜੋ ਕੁਛ ਤੁਸੀਂ ਦੁਨੀਆ ਦੇ ਸਾਹਮਣੇ ਰੱਖਿਆ ਜੀ। ਉਸ ਟਾਈਮ ਤੇ ਜਦੋਂ ਪਿੰਕੀ ਕਹਿੰਦਾ ਵਿੱਚ ਨਾਂ ਵੀ ਲੈਂਦਾ ਦੋ ਤਿੰਨ ਥਾਣੇਦਾਰਾਂ ਦਾ ਦਰਸ਼ਨ ਡੇਲੋ ਕਦੀ ਕਹਿੰਦਾ ਭਰਤ ਕਦੀ ਕਹਿੰਦਾ ਸੰਤ ਕੁਮਾਰ ਵਿੱਚ ਤੁਹਾਡੀਆਂ ਇੰਟਰਵਿਊ ਦੇ ਵਿੱਚ ਹਾਂਜੀ ਜਿਹੜਾ ਉਸ ਵੇਲੇ ਸਭ ਤੋਂ ਵੱਧ ਸਿੱਖਾਂ ਦੀ ਕਿਲਿੰਗ ਕਰਨ ਵਾਲਾ ਡੇਲੋ ਥਾਣੇਦਾਰ ਸੀਗਾ ਦਰਸ਼ਨ ਸਿੰਘ। ਅੱਛਾ ਉਹ ਥਾਣੇਦਾਰ ਮੁੜ ਕੇ ਉਹਨੇ ਇੱਕ ਨਾਰੰਗਵਾਲ ਪਿੰਡ ਲੁਧਿਆਣੇ ਵਿੱਚ ਘੇਰ ਕੇ 93 ਵਿੱਚ ਉਸ ਪਿੰਡ ਦਾ ਕਟਾਪਾ ਕੀਤਾ। ਜਥੇਦਾਰ ਗੁਰਚਰਨ ਸਿੰਘ ਟੋੜਾ ਗਿਆ ਇੰਨਾ ਘਰਾਓ ਕੀਤਾ ਪਿੰਡ ਦਾ ਉਹਦੀ ਉੱਥੇ ਪੱਗ ਲਾਈ ਗੁਰਚਰਨ ਸਿੰਘ ਟੋੜੇ ਦੀ ਉਸ ਬੰਦੇ ਨੇ। ਓਕੇ ਉਹ ਥਾਣੇਦਾਰ ਬਾਅਦ ਵਿੱਚ ਇੱਕ ਡੀਐਸਪੀ ਨੇ ਤੁਹਾਨੂੰ ਸ਼ਾਇਦ ਪੱਤਰਕਾਰ ਜੇ ਤੁਹਾਨੂੰ ਪਤਾ ਚੰਗੀ ਤਰ੍ਹਾਂ ਇੱਕ ਡੀਐਸਪੀ ਨੇ ਰਿਪੋਰਟ ਛਾਪੀ ਜਦੋਂ ਬਾਦਲ ਪਹਿਲੀ ਵਾਰੀ ਮੁੱਖ ਮੰਤਰੀ ਬਣਿਆ ਵੀ ਦਰਸ਼ਨ ਨੇ ਕਿੱਦਾਂ ਮੇਰਾ ਸਾਲਾ ਗਜੋੜਾ ਇਹਦਾ ਗਨਮੈਨ ਸੀ ਪੁਲਿਸ ਵਿੱਚ ਇਹਨੇ ਉਹਨੂੰ ਮਾਰ ਕੇ ਤੇ ਨਹਿਰ ਤੋੜਤਾ ਤੇ ਮਾਨਵੀ ਪਿੰਡ ਦੇ ਇੱਕ ਨੌਜਵਾਨ ਦੋ ਚੁੱਕੇ ਉਹ ਮਾਰਤੇ। ਅੱਛਾ ਜੀ ਉਹ ਕੇਸ ਸੀਬੀਆਈ ਕੋਲ ਚਲਾ ਗਿਆ ਵੇ ਕੋਲੇ ਡੀਐਸਪੀ ਸੀ ਇਹਨੂੰ 20 ਸਾਲ ਕੈਦ ਹੋ ਗਈ ਉਸ ਕੇਸ ਵਿੱਚ 20 ਸਾਲ ਦੀ ਸਜ਼ਾ ਹੋ ਗਈ। ਜੇ ਮੇਰੀ ਕੋਈ ਵੀ ਲੁਧਿਆਣੇ ਜ਼ਿਲ੍ਹੇ ਦਾ ਜਾਂ ਲੁਧਿਆਣੇ ਸੰਬੰਧਿਤ ਡੇਲੋ ਨਾਲ ਸੁਣਦੇ ਹੋਣ ਤੇ ਤੁਹਾਨੂੰ ਜ਼ਰੂਰ ਕਾਲ ਕਰਕੇ ਦੱਸਣ। ਕੈਨੇਡਾ ਤੋਂ ਟੀਵੀ ਚੱਲਦਾ ਤੁਸੀਂ ਬੜਾ ਬੇਖਬਰ ਇੱਕ ਕੈਨੇਡਾ ਤੋਂ ਟੀਵੀ ਚੱਲਦਾ ਪੰਜਾਬ। ਅੱਛਾ ਜੀ 3 ਕੁ ਵੀਕ ਹੋਏ ਮੈਂ ਉੱਥੇ ਇੰਟਰਵਿਊ ਇੱਕ ਪਰਿਵਾਰ ਚ ਸੁਣ ਲਿਆ ਅਤੀਤ ਦੇ ਪਰਛਾਵੇਂ ਪ੍ਰੋਗਰਾਮ ਆਉਂਦਾ ਸੰਗਰੂਰ ਜ਼ਿਲ੍ਹੇ ਧੂਰੀ ਤੋਂ ਇੱਕ ਪਰਿਵਾਰ ਨੇ ਦੱਸਿਆ ਵੀ ਕਿੱਦਾਂ ਇਸ ਬੰਦੇ ਨੇ ਸਾਡੀ ਜ਼ਮੀਨ ਵਿਕਾ ਦਿੱਤੀ। ਅੱਛਾ ਸਕੀ ਭਰਾ ਨੂੰ ਭੈਣ ਦੇ ਸਾਹਮਣੇ ਨੰਗਿਆ ਕੀਤਾ 2 ਬੱਚੇ ਉਹਨਾਂ ਦੇ ਮਾਰਤੇ ਇਸ ਬੰਦੇ ਨੇ। ਓਕੇ 20 ਸਾਲ ਦੀ ਇਹਨੂੰ ਸਜ਼ਾ ਹੋਈ ਹੁਣ ਇਹਨਾਂ ਫਰੀਦਕੋਟ ਦਾ ਉਹਨੂੰ ਐਸਐਸਪੀ ਲਾ ਦਿੱਤਾ। ਇਹ ਦਰਸ਼ਨ ਸਿੰਘ ਫਰੀਦਕੋਟ ਦਾ ਐਸਐਸਪੀ ਆ ਹੁਣ ਦਰਸ਼ਨ ਸਿੰਘ ਫਰੀਦਕੋਟ ਦਾ ਐਸਐਸਪੀ ਆ। ਮੈਂ ਰਾਤ ਉਹਦੀ ਫੋਟੋ ਵੇਖੀ ਮੈਨੂੰ ਤੁਹਾਡੇ ਤੇ ਵੀ ਗਿਲਾਇਆ ਵੀ ਜੇ ਸੰਧੂ ਸਾਹਿਬ ਵਰਗਾ ਪੱਤਰਕਾਰ ਨਾ ਬੋਲੇ ਇਹ ਜੋ ਆਈਐਸ ਨਹੀਂ ਤੁਹਾਨੂੰ ਦੱਸਣ ਡਿਆ ਇਹ ਉਹ ਬਦਮਾਸ਼ ਲਿਆ ਰਹੇ ਆ ਜਿਹਨਾਂ ਤੋਂ ਤੁਹਾਡਾ ਕਟਾਪਾ ਕਰਾਉਣਾ ਆਇਆ ਇਹਨਾਂ ਨੇ। ਓਕੇ ਓਕੇ ਕੋਈ ਨਹੀਂ ਜੀ ਪਤਾ ਕਰ ਲੈਣਾ। ਦਰਸ਼ਨ ਸਿੰਘ ਜਿਹਨੇ ਟੋੜੇ ਦੀ ਪੱਗ ਲਾਈ ਜੀ ਉਹ ਦਰਸ਼ਨ ਸਿੰਘ ਡੇਲੋ ਥਾਣੇ ਦੇ ਬੱਚਾ ਅੱਜ ਤੱਕ ਪੁੱਛੋ ਵੀ ਕਿੰਨੀਆਂ ਜਨਾਨੀਆਂ ਦੀ ਉਹਨੇ ਬੇਇੱਜ਼ਤੀ ਕੀਤੀ। ਬਾਦਲ ਨਹੀਂ ਉਦੋਂ ਕੇਸ ਜਿਹੜਾ ਮੁੜ ਕੇ ਉਹ ਅਖਬਾਰਾਂ 'ਚ ਜਿਹੜੀ ਜਸਬੀਰ ਸਿੰਘ ਰੋਡੇ ਦੀ ਅਖਬਾਰ ਨਾ ਅੱਜ ਦੀ ਆਵਾਜ਼ ਉਹਦੇ ਵਿੱਚ 99-90-2000 ਦੇ ਨੇੜੇ ਰਿਪੋਰਟ ਛਪੀ। ਓਕੇ ਓਕੇ ਕੋਈ ਨਹੀਂ ਪਤਾ ਕਰ ਲੈਂਦੇ ਪੈਸੇ ਆਧਾਰ ਤੇ ਇਹਨਾਂ ਦੇ ਕੇਸ। ਹਾਂਜੀ ਪਤਾ ਕਰ ਲੈਂਦੇ ਇਸ ਚੀਜ਼ ਦਾ। ਮੈਂ ਰਾਤ ਉਹਦੀ ਫੋਟੋ ਵੇਖੀ ਉੱਥੇ ਉਹ ਡਰਿਆ ਪਿਆ ਵਾ ਮੈਂ ਉਹਦੇ ਪਿੱਛੇ ਉਹਦੇ ਮਤਲਬ ਨਾ ਕਈ ਵਾਰੀ ਫਿਰ ਇੱਕ ਬੜੀ ਵੱਡੀ ਹੋਰ ਗੱਲ ਆ ਜੀ ਅਮਰੀਕਾ ਤੋਂ ਇੱਕ ਅਖਬਾਰ ਛਪਦਾ ਵਾ ਪੰਜਾਬ ਟਾਈਮ ਸ਼ਿਕਾਗੋ ਤੋਂ। ਹਾਂਜੀ 2011 ਵਿੱਚ ਉਹਦੀ ਰਿਪੋਰਟ ਵੀ ਇਹਨੇ ਕਿਸ ਤਰ੍ਹਾਂ ਡਾਕਟਰ ਪ੍ਰੀਤਮ ਸਿੰਘ ਸੇਖੋਂ ਦੇ ਮਾਤਾ ਜੀ ਨੂੰ ਘਰੋਂ ਖੜ ਕੇ ਨੰਗੀਆਂ ਕਰਕੇ ਕੁੱਟਿਆ ਉਹਦੇ ਵਿੱਚ 2011 ਦੇ ਜੂਨ ਮਹੀਨੇ ਦੀ ਰਿਪੋਰਟ ਆ। ਓਕੇ ਓਕੇ ਇੰਡੀਆ ਦੇ ਅਜੀਤ ਅਖਬਾਰ ਨਿਊਜ਼ 2006 ਦੀ। ਬਲ ਸਾਹਿਬ ਪਤਾ ਕਰ ਲੈਂਦੇ ਹਾਂ ਜਿਹੜਾ ਅੱਜ ਦਾ ਮਸਲਾ ਵਾ ਇਹਦੇ 'ਤੇ ਪਤਾ ਕਰਕੇ ਆਪਾਂ ਕੋਈ ਨਾ ਕੋਈ ਇਹ 'ਤੇ ਰਿਪੋਰਟ ਜ਼ਰੂਰ ਕਰਾਂਗੇ। ਜਿਹੜਾ ਅੱਜ ਦਾ ਮਸਲਾ ਵਾ ਜੋ ਵਿਰਸਾ ਸਿੰਘ ਵਲਟੋਆ ਨੇ ਬਿਆਨ ਦਿੱਤਾ ਉਹਦੇ ਬਾਰੇ ਕੁਛ ਕਹਿਣਾ ਤੁਸੀਂ? ਨਹੀਂ ਜੀ ਮੈਂ ਇਹ ਵਲਟੋਏ ਦਾ ਇਹ ਵੀ ਵਲਟੋਏ ਦੇ ਬਿਆਨ ਨਾਲ ਰਲਦਾ ਉਹ ਬੰਦੇ ਧੜ ਦੀ ਅੱਗੇ ਲਿਆ ਰਹੇ ਆ ਜਿਹਨਾਂ ਬਦਮਾਸ਼ੀ ਖਾਲੀ ਟੋਲੇ ਉਹਨੇ ਵੀ ਬਦਮਾਸ਼ੀ ਖਾਲੀ ਟੋਲੇ ਲਿਆਂਦੇ ਜਿਹਨੇ ਟੋਲੇ ਦੀ ਪੱਗ ਲਾਈ ਆ। ਬਿਲਕੁਲ ਜਿਹੜੇ ਗਲਤ ਆਨਸਰ ਆ ਉਹਨਾਂ ਨੂੰ ਸ਼ਹਿ ਦੇਣਾ ਉਹਨਾਂ ਨੂੰ ਉੱਚੇ ਅਹੁਦਿਆਂ 'ਤੇ ਲਾਉਣਾ ਇਹਦਾ ਜਿਹੜਾ ਵਾ ਆਮ ਦੁਨੀਆ ਨੂੰ ਇਹਦਾ ਤੁਸੀਂ ਕੀ ਉਦਾਹਰਨ ਦੇ ਰਹੇ ਜੇ ਔਰ ਇਹਦੇ ਜਿਹੜੇ ਇੰਡੀਕੇਸ਼ਨਸ ਆ ਰੈਪਰਕਸ਼ਨਸ ਆ ਨਤੀਜੇ ਜਿਹੜੇ ਆ ਉਹ ਆਪਣੇ ਬਿਲਕੁਲ ਸਾਹਮਣੇ ਆ ਜਾਂਦੇ। ਬਹੁਤ ਬਹੁਤ ਧੰਨਵਾਦ ਬਲ ਸਾਹਿਬ ਇਹ ਜਾਣਕਾਰੀ ਦੇਣ ਵਾਸਤੇ ਜੋ ਤੁਸੀਂ ਦੱਸਿਆ ਵਾ ਇਹਦੇ ਬਾਰੇ ਜ਼ਰੂਰ ਘੋਖ ਕਰਾਂਗੇ। ਮੀਨਵਾਲ ਨਰਿੰਦਰ ਟਿਵਾਣਾ ਰਿੰਕੂ ਰੰਧਾਵਾ ਸਨੀ ਮਾਨ ਜਤਿੰਦਰਪਾਲ ਸਿੰਘ ਰੰਧਾਵਾ ਉਹ ਵੀ ਇਸ ਵੇਲੇ ਸਾਡੇ ਨਾਲ ਜੁੜੇ ਆ। ਜਤਿੰਦਰਪਾਲ ਰੰਧਾਵਾ ਕਹਿ ਰਹੇ ਕਿ ਜੋ ਵਿਰਸਾ ਵਲਟੋਆ ਨੇ ਕਿਹਾ ਉਹ ਬਿਲਕੁਲ ਅਕਸੈਪਟੇਬਲ ਨਹੀਂ ਔਰ ਉਹ ਸ਼ੇਰਗਿੱਲ ਸਾਹਿਬ ਦੇ ਨਾਲ ਸਹਿਮਤ ਨੇ ਜੋ ਸ਼ੇਰਗਿੱਲ ਸਾਹਿਬ ਨੇ ਕਿਹਾ। ਨਰਿੰਦਰ ਟਿਵਾਣਾ ਵੀ ਕਹਿ ਰਿਹਾ ਕਿ ਸ਼ੇਰਗਿੱਲ ਸਾਹਿਬ ਦੀ ਸਟੇਟਮੈਂਟ ਬਿਲਕੁਲ ਸਹੀ ਸੀ। ਅਗਲੀ ਕਾਲ ਵੱਲ ਵੱਧਦੇ ਹਾਂ ਦੇਖਦੇ ਅਗਲੇ ਕਾਲਰ ਜਿਹੜੇ ਆ ਕੀ ਵਿਊ ਪੁਆਇੰਟ ਦੇਣਾ ਚਾਹੁੰਦੇ। ਹੈਲੋ ਹੈਲੋ ਹਾਂਜੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਂ ਇਕਬਾਲ ਸਿੰਘ ਬੋਲਦਾ ਕੈਲਗਰੀ। ਹਾਂਜੀ ਇਕਬਾਲ ਜੀ। ਹਾਂਜੀ ਮੈਂ ਜਿਹੜਾ ਕੱਲ ਡਾਕਟਰ ਬਲਬੀਰ ਸਿੰਘ ਨੇ ਇੱਕ ਬਿਆਨ ਦਿੱਤਾ ਕਿ ਆਮ ਆਦਮੀ ਪਾਰਟੀ 'ਚ ਦੇਸ਼ ਭਗਤ ਸ਼ਾਮਿਲ ਹੋ ਰਹੇ ਆ, ਮੈਨੂੰ ਉਹਨਾਂ ਦਾ ਬਿਆਨ ਸੁਣ ਕੇ ਹਾਸਾ ਆ ਰਿਹਾ। ਅੱਛਾ ਦੇਸ਼ ਭਗਤ ਕਿਹੜੇ ਆ? ਕੋਈ ਸ਼ਰਾਬੀ ਆ, ਕੋਈ ਬੇਲੀ ਆ, ਕੋਈ ਕੁਛ ਆ, ਹਨਾ?
ਉਹ ਜਿਹੜਾ ਦਿੱਲੀ ਦਾ ਅਰਵਿੰਦ ਕੇਜਰੀਵਾਲ ਆ ਜਾਂ ਸੰਜੇ ਸਿੰਘ ਆ, ਉਹ ਦੇਖੋ ਹੁਣ ਦਿੱਲੀ ਦੇ ਵਿੱਚ ਉਹ ਸ਼ਰਾਬ ਕਿੱਥੇ ਖੋਲਦੇ ਆ। ਦਿੱਲੀ ਦੇ ਲੋਕ ਤਾਂ ਊਂ ਤੁਕੀ ਆ, ਕਹਿੰਦੇ ਇਹ ਸ਼ਰਾਬ ਇਹ ਕਿੱਥੇ ਖੋਲਦਾ ਕਿ ਦਿੱਲੀ ਦੇ ਵਿੱਚ ਕ੍ਰਾਈਮ ਵਧਿਆ ਪਿਆ ਨਾ, ਲੋਕਾਂ ਦੇ ਮੁੰਡੇ ਸ਼ਰਾਬ ਪੀ ਕੇ ਕੁੜੀਆਂ ਨੂੰ ਸੇੜਦੇ ਆ। ਕੇਂਦਰ ਸਰਕਾਰ ਥੱਲੇ ਆ, ਭਾਜਪਾ ਸਰਕਾਰ ਥੱਲੇ ਆ, ਜਿਹਦੀ ਅਕਾਲੀ ਦਲ ਭਾਈਵਾਲ ਆ। ਹਾਂਜੀ ਇਕਬਾਲ ਜੀ, ਮੁੱਖ ਮੰਤਰੀ ਕੌਣ ਅਰਵਿੰਦ? ਮੈਂ ਕਿਹਾ ਦਿੱਲੀ ਦੇ ਵਿੱਚ ਜੇ ਤੁਹਾਨੂੰ ਲੱਗਦਾ ਕ੍ਰਾਈਮ ਵੱਧ ਗਿਆ ਵਾ ਤੇ ਉੱਥੋਂ ਦੀ ਪੁਲਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਥੱਲੇ ਕਰ ਦਿਓ ਨਾ। ਨਹੀਂ, ਮੁੱਖ ਮੰਤਰੀ ਤੇ ਬਣ ਗਿਆ ਜੀ, ਤੁਸੀਂ ਪਾਵਰਸ ਹੀ ਨਹੀਂ ਦਿੱਤੀਆਂ, ਤਾਕਤਾਂ ਹੀ ਨਹੀਂ ਦਿੱਤੀਆਂ। ਉੱਥੋਂ ਦੀ ਪੁਲਿਸ ਜਿਹੜੀ ਆ ਉਹ ਤੇ ਕੇਂਦਰ ਸਰਕਾਰ ਕੰਟਰੋਲ ਕਰ ਰਹੀ ਆ, ਭਾਜਪਾ ਅਕਾਲੀ ਦਲ ਕੰਟਰੋਲ ਕਰ ਰਿਹਾ। ਖੈਰ ਮੇਰੇ ਖਿਆਲ ਇਕਬਾਲ ਚੀਮਾ ਦੀ ਕਾਲ ਸਾਨੂੰ ਕੱਟਣੀ ਪੈਣੀ ਹੈ ਕਿਉਂਕਿ ਉਹ ਗੱਲ ਹੋਰ ਹੀ ਪਾਸੇ ਲੈ ਗਏ ਆ। ਜਿਹੜਾ ਅਸਲੀ ਮਸਲਾ ਵਾ ਉਹਦੇ 'ਤੇ ਉਹ ਧਿਆਨ ਬਿਲਕੁਲ ਨਹੀਂ ਦੇ ਰਹੇ। ਅਗਲੀ ਕਾਲ ਵੱਲ ਵੱਧਦੇ ਹਾਂ, ਦੇਖਦੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ, ਹੈਲੋ, ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ, ਮੈਂ ਦਵਿੰਦਰ ਸਿੰਘ ਸੰਧੂ ਇਜ਼ ਕਾਲਿੰਗ ਯੂ ਫਰੋਮ ਫਲੋਰੀਡਾ, USA। ਹਾਂਜੀ ਹਾਂਜੀ ਦਵਿੰਦਰ ਸਿੰਘ ਜੀ, ਸਵਾਗਤ ਹੈ। ਹਾਂਜੀ, ਥੈਂਕ ਯੂ ਵੈਰੀ ਮੱਚ। ਆਈ ਹੈਵ ਅ ਕੁਐਸਚਨ ਫਾਰ ਯੂ। ਪਲੀਜ਼ ਟੈਲ ਮੀ, ਇਜ਼ ਇਟ ਟਰੂ ਦੈਟ ਰੂਲਿੰਗ ਪਾਰਟੀ ਇਜ਼ ਪੁਟਿੰਗ ਫਾਲਸ ਕੇਸਿਸ ਔਨ ਆਮ ਆਦਮੀ ਪਾਰਟੀ ਵਲੰਟੀਅਰਸ? ਇਟ ਇਜ਼ ਟਰੂ ਜੀ, ਐਟ ਲੀਸਟ ਅ ਨੰਬਰ ਆਫ ਕੇਸਿਸ ਵਿਚ ਹੈਵ ਬੀਨ ਰਜਿਸਟਰਡ ਆਰ ਫਾਲਸ। Not only volunteers, even false cases have been registered against our leaders also. Tanu pata hi hai ki Naresh Yadav jehde MLA aa unna te ek jhootha case jehda va beadbi da case Malerkotla ch paata va, aur oh sirf ek kise de bayan de utte oh case jehda va pa ditta gaya va, aur kal sade kuj leaderan ne ek press conference kiti aur unna ne shanka vi jitai ki unna nu jhoothe kesan de vich fasaya ja reha ground level te। ਮੈਨੂੰ, ਮੈਂ ਪਿੱਛੇ ਜੇ ਬਠਿੰਡੇ 'ਚ ਗਿਆ ਸਾਂ ਅਤੇ ਉੱਥੇ ਮੈਨੂੰ ਕਿਸੇ ਨੇ ਦੱਸਿਆ ਕਿ ਇੱਕ ਜਿਹੜਾ ਸਾਡਾ ਵਰਕਰ ਹੈ ਜਿਹੜਾ ਸਾਡੀਆਂ ਰੈਲੀਆਂ ਦੇ ਵਿੱਚ ਆਮ ਤੌਰ 'ਤੇ ਝੰਡਾ ਲੈ ਕੇ ਆਉਂਦਾ ਹੁੰਦਾ ਸੀਗਾ, ਬਹੁਤ ਕਲਰਫੁੱਲ ਕੱਪੜੇ ਪਾ ਕੇ ਅਤੇ ਝੰਡਾ ਲੈ ਕੇ ਆਉਂਦਾ ਸੀਗਾ, ਉਹਦੇ ਪਰਿਵਾਰ 'ਤੇ ਵੀ ਫਾਲਸ ਕੇਸਿਸ ਜਿਹੜੇ ਆ, ਝੂਠੇ ਕੇਸਿਸ ਰਜਿਸਟਰ ਕੀਤੇ ਆ, ਔਰ ਸਾਨੂੰ ਸ਼ੰਕਾ ਵਾ ਕਿ ਅਗਲੇ ਦਿਨਾਂ ਦੇ ਵਿੱਚ ਇਹ ਹੋਰ ਕੇਸਿਸ ਰਜਿਸਟਰ ਹੋਣਗੇ। ਹਾਂਜੀ ਦਵਿੰਦਰ ਸਿੰਘ ਜੀ, ਇਟ ਇਜ਼ ਅ ਵੈਰੀ ਸ਼ੇਮ ਐਂਡ ਇਟ ਇਜ਼ ਅ ਵੈਰੀ ਹਾਰਟ ਬ੍ਰੇਕਿੰਗ ਟੂ ਹੀਅਰ ਦਿਸ। ਐਬਸੋਲੂਟਲੀ, I would like to tell you that my great grandfather Sardar Jawala Singh Sandhu Vultoya, acha ji, in 1895 he was the tehsildar from that area. Okay, and I am his great grandson, and then he moved down to Hoshiarpur and built his own fort. Okay, I've been living here from last 35 years ji, but it really hurts to hear somebody from Bultoha village ji say things like this. Mean chitra maro mean, what I understand means beat them up. Yeah, this is really shame. He should just give up and resign, and Mr. Prakash Singh Badal should comment on this. ਇਸੇ ਕਰਕੇ ਜੀ ਸਾਨੂੰ ਕੱਲ੍ਹ ਆਪ ਸ਼ਰਮ ਆਉਣ ਲੱਗੀ ਜਦੋਂ ਅਸੀਂ ਇਸ ਪ੍ਰੋਗਰਾਮ ਸੋਚਿਆ ਵੀ ਅਸੀਂ ਆਹ ਮਸਲਾ ਅੱਜ ਵਿਚਾਰਾਂਗੇ, ਸਾਨੂੰ ਲੱਗਾ ਕਿ ਇਹ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਫਿਰ ਸਾਡੀ ਟੀਮ ਨੇ ਕਿਹਾ ਕਿ ਜੇ ਇਹੋ ਜਿਹੀ ਕੋਈ ਸਟੇਟਮੈਂਟ ਪਬਲਿਕਲੀ ਦੇ ਸਕਦਾ ਵਾ, ਅਖਬਾਰਾਂ 'ਚ ਛਪ ਸਕਦੀ ਆ, ਅਤੇ ਇਹਦੇ 'ਤੇ ਡਿਸਕਸ਼ਨ ਕਰਨ ਦੇ ਵਿੱਚ ਕੀ ਹਰਜ਼ ਆ? ਸੋ ਸਾਨੂੰ ਇਹਦੇ 'ਤੇ ਡਿਸਕਸ਼ਨ ਕਰਦੇ ਵੀ ਸ਼ਰਮ ਆਉਂਦੀ ਆ, ਔਰ ਇਸ ਸ਼ਖਸ ਨੂੰ ਵਿਰਸਾ ਸਿੰਘ ਵਲਟੋਆ ਨੂੰ ਇਹ ਪਬਲਿਕਲੀ ਕਹਿਣ ਦੇ ਵਿੱਚ ਕੋਈ ਸ਼ਰਮ ਨਹੀਂ ਆਈ, ਔਰ ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਇਹੋ ਜਿਹੇ ਲੋਕਾਂ 'ਤੇ ਲਗਾਮ ਕੱਸਣੀ ਚਾਹੀਦੀ ਆ, ਉਹਨਾਂ ਨੂੰ ਜਵਾਬਦੇਹੀ ਬਣਾਉਣਾ ਚਾਹੀਦਾ ਵਾ, ਔਰ ਉਹਨਾਂ ਨੂੰ CPS ਵਰਗੇ ਅਹੁਦੇ ਤੋਂ ਬਿਲਕੁਲ ਹਟਾ ਕੇ ਅਗਾਂਹ ਵਾਲੀਆਂ ਚੋਣਾਂ ਦੇ ਵਿੱਚ MLA ਦੀ ਟਿਕਟ ਵੀ ਸਾਡੇ ਹਿਸਾਬ ਨਾਲ ਨਹੀਂ ਦੇਣੀ ਚਾਹੀਦੀ। ਇਹੋ ਜਿਹੇ ਗੈਰ ਜ਼ਿੰਮੇਵਾਰ ਇਨਸਾਨ ਜਿਹੜੇ ਆ ਉਹਨਾਂ ਦਾ ਕੋਈ ਕੰਮ ਨਹੀਂ ਗਾ ਪੰਜਾਬ ਦੀ ਸਿਆਸਤ ਦੇ ਵਿੱਚ। ਦਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਬੜਾ ਚੰਗਾ ਲੱਗਾ ਤੁਸੀਂ ਜੁੜੇ। ਤੁਹਾਨੂੰ 35 ਸਾਲ ਉੱਥੇ ਹੋ ਗਏ ਆ, ਪਰ ਮੇਰਾ ਖਿਆਲ ਆ ਚੋਣਾਂ ਦੇ ਵਿੱਚ ਇੱਕ ਗੇੜਾ ਜ਼ਰੂਰ ਪੰਜਾਬ ਦਾ ਵੀ ਮਾਰਿਓ। ਅਗਲੀ ਕਾਲ ਵੱਲ ਵੱਧਦੇ, ਦੇਖਦੇ ਹਾਂ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ, ਘੋੜਾ ਵੀ ਬੇਲਗਾਮ ਹੋਇਆ ਤੇ ਬੋਤਾ ਵੀ ਬੇਲਗਾਮ ਹੋਇਆ, ਤੇ ਉਸੇ ਤਰ੍ਹਾਂ ਜੇ ਬੰਦਾ ਬੇਲਗਾਮ ਹੋ ਜੇ ਨਾ,
ਗੱਲ ਆ ਕਿ ਇਹਨਾਂ ਨੂੰ ਇਹਨਾਂ ਦੀ ਉਦਲੀ ਲੀਡਰਸ਼ਿਪ ਦਾ ਡਰ ਹੈ ਨੀ ਗਾ ਇੱਕ ਤਰ੍ਹਾਂ ਜੀ। ਚਲੋ ਇਹਦੇ ਚ ਕੋਈ ਵੀ ਪੋਸਟ ਹੈਗੀ ਆ, ਜਿਸ ਤਰ੍ਹਾਂ ਤੁਸੀਂ ਕਹਿੰਦੇ ਵੀ ਦੂਜੇ ਇਹਨਾਂ ਦੇ ਨਾਲ ਮਿਨਿਸਟਰ ਸੀਗੇ ਬੈਠੇ, ਤੇ ਘੱਟ ਤੋਂ ਘੱਟ ਉਹੀ ਪਬਲਿਕ ਆ ਜਿਹਦੀਆਂ ਅੱਜ ਤੋਂ ਇਹਨਾਂ ਨੇ ਮਿੰਨਤਾਂ ਸ਼ੁਰੂ ਹੋਣੀਆਂ ਕਰਤੀਆਂ। ਪਰ ਦੂਜੀ ਗੱਲ ਹੈ ਕਿ ਇਹਨਾਂ ਨੂੰ ਅੱਜ ਜਿੰਨਾ ਟਕਰਾਅ, ਅੱਗੇ ਜਦੋਂ ਕੋਈ ਤੀਜੇ ਬਦਲਾਅ ਦੀ ਗੱਲ ਕਰਦਾ ਸੀ ਨਾ, ਤੇ ਉਦੋਂ ਇਹ ਲੋਕ ਹੱਸਦੇ ਸੀ ਵੀ ਤੀਜਾ ਬਦਲਾਅ ਚੀਜ਼ ਕੀ ਹੁੰਦਾ। ਮਾੜੀ ਮੋਟੀ ਝਮਕ ਜੀ ਮਨਪ੍ਰੀਤ ਬਾਦਲ ਨੇ ਦਿਖਾਈ ਪਰ ਉਹ ਕੰਮ ਨਹੀਂ ਆਈ। ਪਰ ਇਸ ਟਾਈਮ ਇਹਨਾਂ ਦੇ ਪੈਰਾਂ ਥੱਲੋਂ ਮਿੱਟੀ ਨਿਕਲੀ ਹੈ, ਇਹ ਕੁਛ ਵੀ ਕਰ ਸਕਦੇ ਜੀ, ਇਹ ਤਾਂ ਅਜੇ ਮਾਮੂਲੀ ਗੱਲ ਹੈ। ਤੇ ਇਹ ਸਾਰੀਆਂ ਗੱਲਾਂ ਬਾਅਦ ਦੀਆਂ, ਚਲੋ ਤਿੰਨ ਸਾਢੇ ਤਿੰਨ ਮਹੀਨੇ ਇਹ ਪਤਾ ਨੀ ਕਿੰਨੇ ਲੋਕਾਂ ਤੇ ਇਹ ਪਰਚੇ ਹੋਣੇ ਆ ਜਾਂ ਕੀ ਹੋਣਾ। ਪਰ ਦੂਜੀ ਗੱਲ ਹੈ ਪਾਲੀਟਿਕਸ ਜਾਂ ਪਬਲਿਕ ਦੇ ਵਿੱਚ ਇਹੋ ਜਿਹਾ ਬਿਆਨ ਦੇਣਾ, ਇਹ ਬੰਦੇ ਦੀ ਆਪਦੀ ਜਿਹੜੀ ਹੈਗੀ ਆ ਭਾਸ਼ਾ ਦਾ ਜਾਂ ਕਿ ਮਤਲਬ ਲੋਕਾਂ ਉਹ ਅੰਦਰ, ਕਿਉਂਕਿ ਲੋਕ ਸੰਧੂ ਸਾਹਿਬ ਅੱਜ ਕੱਲ੍ਹ ਉਲੂ ਨਹੀਂ ਜਿਵੇਂ ਪਹਿਲਾਂ ਹੁੰਦਾ ਸੀ ਵੀ ਆ ਕੇ ਫਲਿਆਂ 'ਚ ਖੜ ਕੇ ਤੇ ਪੰਥ ਨੂੰ ਖਤਰਾ ਹੋਇਆ ਜੀ, ਇਹ ਹੋਇਆ ਜੀ। ਅੱਜ ਕੱਲ੍ਹ ਹਰ ਇੱਕ ਬੱਚਾ ਜਿਹੜਾ, ਹਰ ਇੱਕ ਜਿਹੜਾ 18-19 ਸਾਲ ਦਾ ਯੰਗ ਵੋਟਰ ਹੈ ਨਾ, ਉਹ ਸੋਚਦਾ। ਮੈਂ ਕੱਲ ਦੇਖ ਰਿਹਾ ਸੀ ਟੀਵੀ ਦੇ ਉੱਤੇ ਪਿਕਚਰ ਜਿਹੜਾ ਇਹਨਾਂ ਨੇ ਪੰਜਾਬ ਯੂਥ ਕੇ ਕੀ ਹੁਣ ਨਵਾਂ ਬਣਾਇਆ, ਉਹ ਵੀ ਇਸੇ ਚੀਜ਼ ਦੀ ਕਾਪੀ ਹੈ। ਹੋਰ ਕੁਛ ਨਹੀਂ, ਧੱਕੇ ਮਾਰੋ ਜਿੱਥੋਂ ਲੰਘਣ ਨੂੰ ਥਾਂ ਨਹੀਂ ਥਾਉਂਦਾ, ਮੋਢੇ 'ਚ ਕਰਕੇ ਰੰਗ ਮਾਰ ਕੇ ਪਰੇ ਹੋ ਜਾਓ, ਰਾਹ ਬਣਾ ਲਓ। ਇਹ ਸਭ ਇਹੋ ਹੀ ਟੀਚ ਕਰਨਾ ਜੀ ਇਹਨਾਂ ਨੇ, ਹੋਰ ਕੋਈ ਪੋਲੀਟਿਕਸ ਦੀ ਫਰਜ਼ੀ ਵਾਈਜ਼ ਗੱਲ ਨਹੀਂ ਕਿਸੇ ਨੂੰ ਦੱਸਣੀ। ਮਿਹਰਬਾਨੀ ਰਾਮ ਸ਼ਰਮਾ ਜੀ, ਮਿਹਰਬਾਨੀ। ਉਹਨਾਂ ਨੇ ਰਾਮ ਸ਼ਰਮਾ ਹੁਣਾਂ ਨੇ ਕਿਹਾ ਕਿ ਇਹ ਇਹੋ ਜਿਹਾ ਕੰਮ ਹੀ ਅਕਾਲੀ ਦਲ ਕਰ ਰਿਹਾ ਵਾ। ਉਹਨਾਂ ਨੇ ਕਿਹਾ ਕਿ ਘੋੜਾ ਬੇਲਗਾਮ ਹੋ ਸਕਦਾ ਵਾ, ਪਰ ਇਨਸਾਨ ਜਿਹੜਾ ਇੱਕ ਸੁਲਝਿਆ ਇਨਸਾਨ ਆ, ਪੋਲੀਟਿਕਸ ਦੇ ਵਿੱਚ ਅਸੀਂ ਮੰਨਦੇ ਹਾਂ ਕਿ ਸੁਲਝੇ ਇਨਸਾਨ ਨੂੰ ਹੀ ਆਉਣਾ ਚਾਹੀਦਾ ਵਾ, ਉਹਦਾ ਬੇਲਗਾਮ ਹੋਣਾ ਜਿਹੜਾ ਵਾ ਇਹ ਬਹੁਤ ਅਫਸੋਸਨਾਇਕ ਆ, ਅਫਸੋਸਜਨਕ ਆ, ਔਰ ਇਹ ਬਿਲਕੁਲ ਇਸ ਚੀਜ਼ ਦਾ ਕੰਡੈਮਨੇਬਲ ਆ। ਇਹਨੂੰ ਇਹਦੀ ਜਿੰਨੇ ਸ਼ਬਦਾਂ ਦੇ ਵਿੱਚ ਇਹਦੀ ਨਿਖੇਧੀ ਕੀਤੀ ਜਾਵੇ, ਤਕੜੇ ਸ਼ਬਦਾਂ ਦੇ ਵਿੱਚ ਉਨੀ ਘੱਟ ਆ। ਇਹੋ ਜਿਹੀ ਸਟੇਟਮੈਂਟ ਪਬਲਿਕਲੀ ਬਿਲਕੁਲ ਨਹੀਂ ਦੇਣੀ ਚਾਹੀਦੀ, ਔਰ ਵਿਰਸਾ ਸਿੰਘ ਬੁਲਟੋਆ ਦੇ ਖਿਲਾਫ਼ ਐਕਸ਼ਨ ਲੈਣਾ ਚਾਹੀਦਾ। ਮੀਨਵਾਇਲ ਜਤਿੰਦਰਪਾਲ ਸਿੰਘ ਰੰਧਾਵਾ, ਕਮਰਦੀਪ ਕੇਲੀ, ਕਮਲਪ੍ਰੀਤ ਚੰਡ ਅਤੇ ਹਰੂਪ ਸੰਧੂ ਉਹ ਕਹਿ ਰਹੇ ਨੇ ਕਿ ਇਹੋ ਜਿਹੇ ਸ਼ਬਦ ਕਿਵੇਂ ਕੋਈ ਆਪ ਦੇ ਵਾਲੰਟੀਅਰਸ ਦੇ ਖਿਲਾਫ਼ ਵਰਤ ਸਕਦਾ ਵਾ, ਇਹ ਬਹੁਤ ਨਿੰਦਣਯੋਗ ਆ। ਅਗਲੀ ਕਾਲ ਵੱਲ ਵੱਧਦੇ ਹਾਂ, ਦੇਖਦੇ ਹਾਂ ਅਗਲੇ ਕਾਲਰ ਕੀ ਗੱਲ ਸਾਂਝੀ ਕਰਨੀ ਚਾਹੁੰਦੇ। ਹੈਲੋ ਸੰਧੂ ਸਾਹਿਬ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਗੁਰਦੀਪ ਸਿੰਘ ਨਿਊਜ਼ੀਲੈਂਡ ਤੋਂ ਬੇਨਤੀ ਕਰ ਰਿਹਾ ਜੀ। ਹਾਂਜੀ ਹਾਂਜੀ ਗੁਰਦੀਪ ਜੀ। ਹਾਂ ਜੀ, ਜੋ ਇਹਨਾਂ ਦਾ ਬਿਆਨ ਆਇਆ ਬਲਟੋਆ ਸਾਹਿਬ ਦਾ, ਇਹਦੇ ਬਾਰੇ ਇਹ ਹੈ ਕਿ ਇਹਨਾਂ ਦਾ ਇੱਕ ਬਿਆਨ ਵੀ ਨਹੀਂ, ਸਾਰੇ ਬਿਆਨ ਜਿਹੜੇ ਦਿੰਦੇ ਨਾ ਇਹ ਨਿੰਦਣਯੋਗ ਹੈ। ਇਹਨਾਂ ਨੇ ਆਪਣੇ ਆਪ ਨੂੰ ਪਿਛਲੇ ਸਮੇਂ ਵਿਧਾਨ ਸਭਾ 'ਚ ਅੱਤਵਾਦੀ ਕਿਹਾ, ਅੱਤਵਾਦੀ ਹਾਂ ਰਹੂੰਗਾ। ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਦਾ ਇੰਪੈਕਟ ਸਾਡੀ ਬਾਹਰ ਵਸਦੀ ਸਿੱਖ ਕੌਮ 'ਤੇ ਕਿੰਨਾ ਮਾੜਾ ਅਸਰ ਪੈ ਰਿਹਾ ਨਾ ਜੀ। ਠੀਕ ਹੈ ਜੀ, ਤੇ ਵਿਰਸਾ ਸਿੰਘ ਬਲਟੋਆ ਨੂੰ ਆਪਣੇ ਮਨ ਦੇ ਅੰਦਰ ਝਾਤੀ ਮਾਰ ਕੇ ਦੇਖਣਾ ਚਾਹੀਦਾ ਹੈ ਕਿ ਜਦੋਂ ਤੂੰ ਬਲਿਊ ਸਟਾਰ ਆਪਰੇਸ਼ਨ ਹੋਇਆ, ਇਤਿਹਾਸ ਗਵਾਹ ਹੈ, ਹੱਥ ਖੜੇ ਕਰਕੇ ਬਾਹਰ ਆਏ ਸੀ, ਜ਼ੁਲਮ ਦੇ ਖਿਲਾਫ ਲੜ ਨਹੀਂ ਸਕਿਆ, ਜਿਨ੍ਹਾਂ ਦੇ ਛਿੱਤਰ ਮਾਰਨੇ ਸੀ ਉੱਥੇ ਮਾਰੇ ਨਹੀਂ ਗਏ, ਆਮ ਆਦਮੀ ਪਾਰਟੀ ਨੂੰ ਛਿੱਤਰ ਮਾਰਨਾ ਕਿੱਥੋਂ ਦੀ ਗੁਰਸਿੱਖੀ ਹੈ? ਇਹਨਾਂ ਨੂੰ ਥੋੜ੍ਹਾ ਬਹੁਤਾ ਸੋਚਣਾ ਚਾਹੀਦਾ। ਹਾਂਜੀ, ਬਾਦਲ ਸਾਹਿਬ ਜਦੋਂ ਸਾਇਲੈਂਟ ਹੋ ਜਾਂਦੇ ਨੇ ਉਹਦਾ ਮਤਲਬ ਇਹ ਹੈ ਕਿ ਬਾਦਲ ਸਾਹਿਬ ਉਹਦੀ ਸਪੋਰਟ ਕਰ ਰਹੇ ਹੈ ਜੀ। ਇਹਨਾਂ ਅਕਾਲੀ ਪਾਰਟੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹਨਾਂ ਨੂੰ ਇਹ ਜਿਹੜਾ ਹੈਗਾ ਇਹ ਬਹੁਤ ਵੱਡਾ ਨੁਕਸਾਨ ਹੋਏਗਾ। ਇਲੈਕਸ਼ਨ ਕਮਿਸ਼ਨ ਨੂੰ ਇਹਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਸਾਡੇ ਸਿੱਖ ਕੌਮ ਨੂੰ ਕਿਸੇ ਵੀ ਪਾਰਟੀ 'ਚ ਬੈਠੀ ਹੈ ਇਹੋ ਜਿਹੇ ਬਿਆਨਾਂ ਦੀ ਨਿੰਦਾ ਕਰਨੀ ਚਾਹੀਦੀ ਹੈ। ਬਿਲਕੁਲ, ਅਸੀਂ ਕੋਈ ਰਾਜਨੀਤਿਕ ਲੜਾਈ ਥੋੜ੍ਹੀ ਹੈ, ਸਿਧਾਂਤਾਂ ਦੀ ਲੜਾਈ ਹੈ, ਇਹ ਨਿੱਜੀ ਦੁਸ਼ਮਣੀ 'ਤੇ ਉਤਰੇ ਇਹ ਚੰਗਾ ਨਹੀਂ ਹੈ। ਬਿਲਕੁਲ ਗੁਰਦੀਪ ਸਿੰਘ ਜੀ, ਸਹੀ ਕਿਹਾ ਪ੍ਰਕਾਸ਼ ਸਿੰਘ ਬਾਦਲ ਨੂੰ ਔਰ ਇਲੈਕਸ਼ਨ ਕਮਿਸ਼ਨ ਨੂੰ ਇਹੋ ਜਿਹੇ ਬਿਆਨਾਂ ਦਾ ਨੋਟਿਸ ਲੈਣਾ ਚਾਹੀਦਾ ਵਾ। ਬਹੁਤ ਮਾੜੀ ਗੱਲ ਆ, ਇਹ ਇੱਕ ਸਿਆਸੀ ਮਸਲਾ ਵਾ ਔਰ ਇਹਨੂੰ ਰਾਜਨੀਤਿਕ ਮਸਲੇ ਨੂੰ ਇੱਕ ਨਿੱਜੀ ਮਸਲਾ ਬਣਾ ਕੇ ਇਹੋ ਜਿਹੇ ਬਿਆਨਬਾਜ਼ੀ ਜਿਹੜੀ ਆ ਉਹ ਬਿਲਕੁਲ ਨਹੀਂ ਕਰਨੀ ਚਾਹੀਦੀ। ਮੀਨਵਾਇਲ ਮਨੀ ਚਹਿਲ, ਹਰਦੀਪ ਬਰਾੜ, ਕੁਲਵਿੰਦਰ ਸਿੰਘ ਗਿੱਲ ਔਰ ਰਿੰਕੂ ਰੰਧਾਵਾ ਇਸ ਵੇਲੇ ਸਾਡੇ ਨਾਲ ਫੇਸਬੁੱਕ ਦੇ ਉੱਤੇ ਨੇ ਔਰ ਉਹ ਵੀ ਆਪਣੇ ਕਮੈਂਟਸ ਦੇ ਰਹੇ ਆ। ਹਰਦੀਪ ਬਰਾੜ ਨੇ ਇਹ ਵੀ ਕਹਿਤਾ ਕਿ ਵਿਰਸਾ ਬਲਟੋਆ ਇਹਨੂੰ ਲੱਗਦਾ ਵੀ ISI ਦਾ ਏਜੰਟ ਆ ਅਤੇ ਸੁਖਬੀਰ ਸਿੰਘ ਬਾਦਲ ISI ਦੇ ਸਰਗਨਾ ਵਾ। ਖੈਰ ਹਰਦੀਪ ਬਰਾੜ ਜੀ, ਇਹਦੇ ਬਾਰੇ ਆਪਣੇ ਕੋਲ ਪੁਖਤਾ ਜਾਣਕਾਰੀ ਤਾਂ ਨਹੀਂ, ਪਰ ਜੇ ਵਿਰਸਾ ਸਿੰਘ ਬਲਟੋਆ ਇਹੋ ਜਿਹੇ ਬਿਆਨ ਦੇ ਸਕਦੇ ਜੋ ਆਪਾਂ ਬਿਆਨ ਡਿਸਕਸ ਕਰ ਰਹੇ ਹਾਂ ਤਾਂ ਫਿਰ ਸ਼ਾਇਦ ਜੋ ਤੁਸੀਂ ਕਹਿ ਰਹੇ ਜੇ ਉਹ ਵੀ ਕਹਿਣਾ ਜਿਹੜਾ ਵਾ ਉਹ ਜਾਇਜ਼ ਆ। ਇਹੋ ਜਿਹੀ ਵੈਸੇ ਇਹੋ ਜਿਹੇ ਆਪਾਂ ਬਿਨਾਂ ਪੁਖਤਾ ਸਬੂਤ ਤੋਂ ਕੋਈ ਵੀ ਕਿਸੇ ਦੇ ਖਿਲਾਫ਼ ਬਿਆਨ ਨਹੀਂ ਦੇਣਾ ਚਾਹੀਦਾ, ਪਰ ਜੋ ਵਿਰਸਾ ਸਿੰਘ ਬਲਟੋਆ ਨੇ ਕਿਹਾ ਉਹ ਬਹੁਤ ਜ਼ਿਆਦਾ ਨਿੰਦਣਯੋਗ ਆ। ਅਗਲੀ ਕਾਲ ਵੱਲ ਵੱਧਦੇ ਹਾਂ, ਦੇਖਦੇ ਹਾਂ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਨੀ ਮਾਨ ਬੋਲਦਾ ਜੀ। ਹਾਂਜੀ ਸਨੀ ਜੀ। ਹਾਂਜੀ, ਮੈਂ ਉਹਨਾਂ ਦਾ ਉਹ ਬਿਆਨ ਸੁਣਿਆ ਸੀ, ਉਹ ਬੰਦਾ ਤਾਂ ਤੌਰ ਤੇ ਇਲ ਹੈ ਜੀ ਵਿਰਸਾ ਸਿੰਘ ਬਲਟੋਆ ਦਾ। ਕੀ ਹੈ ਜੀ? ਇਹਨਾਂ ਨੇ ਮਾਨਸਿਕ ਤੌਰ ਤੇ ਬਿਮਾਰ ਆ ਜੀ ਉਹ।
ਓਕੇ ਉਹ ਜੇ ਮੈਂਟਲੀ ਇਲ ਨਹੀਂ ਬੋਲਦੇ ਹੁੰਦੇ ਵੀ ਜਿਹੜੀ ਗੱਲ ਬਾਰੇ ਸੋਚਣਾ ਨਹੀਂ ਗੱਲ ਕੱਢਦੇ ਨਹੀਂ ਮੂੰਹ ਚੋਂ ਬਾਅਦ ਚ ਉਹਦੇ ਕੰਸੀਕੁਐਂਸ ਵੇਖਣੇ ਵੀ ਕੀ ਹੁੰਦੇ ਆ ਜੀ ਇਹਦੇ ਜਿੰਨੇ ਵੀ ਬੰਦੇ ਰਹੇ ਤੁਸੀਂ ਡਿਬੇਟ ਦੇ ਵਿੱਚ ਵੇਖ ਲਓ ਜਿੱਥੇ ਇਹਨੂੰ ਸਵਾ ਸਿਰ ਟੱਕਰਦਾ ਨਾ ਜਾਂ ਇਹਨੂੰ ਸ਼ੇਰ ਸਮਝਦਾ ਤੇ ਇਹਨੂੰ ਸਵਾ ਸਿਰ ਖਹਿਰਾ ਸਾਹਿਬ ਟੱਕਰੇ ਸੀ ਤੇ ਬੋਲਿਆ ਨਹੀਂ ਸੀ ਇਹ ਜੀ ਜੀ ਬਿਲਕੁਲ ਇਹ ਉਦੋਂ ਹੀ ਬੋਲਦਾ ਜੀ ਜਦੋਂ ਇਹਦੇ ਮਗਰ ਸਪੋਰਟ ਹੁੰਦੀ ਆ ਇਹਨੂੰ ਪਤਾ ਵੀ ਮੈਨੂੰ ਕੋਈ ਕੁਛ ਕਹਿ ਨਹੀਂ ਸਕਦਾ ਜੀ ਜਿੰਨੇ ਵੀ ਇਹ ਬੰਦੇ ਦੇ ਕਾਮੈਂਟ ਹੁੰਦੇ ਆ ਹਮੇਸ਼ਾ ਹੀ ਨੈਗੇਟਿਵ ਹੀ ਹੁੰਦੇ ਆ ਇਹ ਦੋ ਨੇ ਇੱਕ ਚੰਦੂ ਮਾਜਰਾ ਤੇ ਕੇ ਤੁਸੀਂ ਵੇਖ ਲਓ ਡਿਬੇਟਾਂ ਦੇ ਵੀ ਦੋ ਜਾਂਦੇ ਆ ਹੋਰ ਕੋਈ ਤੀਜਾ ਬੰਦਾ ਨਹੀਂ ਜਾਂਦਾ ਅਕਲ ਜਲ ਦਾ ਬਿਲਕੁਲ ਠੀਕ ਆ ਬਿਲਕੁਲ ਠੀਕ ਆ ਸਨੀ ਮਾਨ ਦਾ ਖਿਆਲ ਆ ਕਿ ਇਹ ਮਾਨਸਿਕ ਤੌਰ ਤੇ ਬਿਮਾਰ ਨੇ ਔਰ ਤਦੇ ਇਹੋ ਜਿਹੀਆਂ ਸਟੇਟਮੈਂਟਸ ਦੇ ਰਹੇ ਆ ਮੀਨਵੇਲ ਰਵੀ ਅਗਨੀਹੋਤਰੀ ਉਹ ਕਹਿੰਦੇ ਆ ਕਿ ਲੋਕ ਸਭ ਕੁਝ ਸਮਝਦੇ ਆ ਔਰ ਇਸੇ ਕਰਕੇ ਕਲੀਨ ਸਵੀਪ ਹੋਊਗੀ ਅਗਲੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਸੱਤਾ ਬਰਾੜ ਜਸਪ੍ਰੀਤ ਕੌਰ ਨਾਗਰਾ ਉਹ ਕਹਿੰਦੇ ਆ ਬਹੁਤ ਅਫਸੋਸਨਾਕ ਗੱਲ ਆ ਜੋ ਵਿਰਸਾ ਵਲਟੋਆ ਨੇ ਕਿਹਾ ਔਰ ਬਿਕਰਮ ਸਿੰਘ ਘੁੰਮਣ ਵੀ ਇਸ ਵੇਲੇ ਸਾਡੇ ਫੇਸਬੁੱਕ 'ਤੇ ਨੇ ਬਹੁਤ ਬਹੁਤ ਧੰਨਵਾਦ ਅਗਲੀ ਕਾਲ ਵੱਲ ਵੱਧਦੇ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਜੰਗਬਹਾਦਰ ਬੋਲਦਾ ਜੀ ਕੈਲਗਰੀ ਤੋਂ ਕੈਲਗਰੀ ਤੋਂ ਕੌਣ ਜੀ ਜੰਗਬਹਾਦਰ ਹਾਂਜੀ ਜੰਗਬਹਾਦਰ ਜੀ ਹਾਂਜੀ ਜੰਗ ਹਾਂਜੀ ਵੀਰ ਜੀ ਇਹ ਤਾਂ ਜਿਹੋ ਜਿਹੀ ਬੰਦੇ ਦੀ ਸੋਚ ਹੁੰਦੀ ਆ ਨਾ ਜੀ ਜਿਹੜੀ ਉਹਦੀ ਮਾਨਸਿਕਤਾ ਅੰਦਰਲੀ ਹੁੰਦੀ ਆ ਉਹ ਹੀ ਬਾਹਰ ਆਉਂਦੀ ਆ ਜੀ ਤੇ ਜਿਹੜੇ ਬੰਦੇ ਨੇ ਲੋਕਾਂ ਦੇ ਮੁੰਡਿਆਂ ਨੂੰ ਬੱਚਿਆਂ ਨੂੰ ਮਰਵਾਇਆ ਹੋਵੇ ਬਾਰਡਰ ਦੇ ਏਰੀਏ ਦੇ ਵਿੱਚ ਜੋ ਕੁਛ ਇਸ ਇਨਸਾਨ ਨੇ ਕਰਵਾਇਆ ਜੀ ਉਹ ਲੋਕਾਂ ਨੂੰ ਪਤਾ ਇੱਥੇ ਬਾਰਡਰ ਦੇ ਏਰੀਏ ਦੇ ਵਿੱਚ ਇਹੋ ਜਿਹਾ ਇਨਸਾਨ ਆ ਜਿਹਨੇ ਲੋਕਾਂ ਦੇ ਬੱਚਿਆਂ ਦੇ ਗੁੱਟ ਵੱਢ ਵੱਢ ਕੇ ਕੜੇ ਲਾਏ ਆ ਸੋਨੇ ਦੇ ਉਹਤੋਂ ਤੁਸੀਂ ਕੀ ਸੋਚ ਰੱਖ ਸਕਦੇ ਹੋ ਇਹਦਾ ਤਾਂ ਚਿਹਰਾ ਹੀ ਬੜਾ ਭੈੜਾ ਲੱਗਦਾ ਜੀ ਮੈਨੂੰ ਤਾਂ ਜਿਹੜੀ ਅੰਦਰਲੀ ਇਹਦੀ ਮਾਨਸਿਕਤਾ ਨਾ ਜੀ ਉਹਦੇ ਇਹਦੇ ਚਿਹਰੇ ਤੋਂ ਭਾਵ ਜਿਹੜੇ ਇਹਦੇ ਚਿਹਰੇ ਦੇ ਹਾਵ ਭਾਵ ਉਹ ਤੋਂ ਪੜ੍ਹੀ ਜਾ ਸਕਦੀ ਆ ਜੀ ਇਸ ਬੰਦੇ ਦੀ ਜਿਹੜੀ ਹੈ ਤੁਸੀਂ ਇਨਸਾਨੀਅਤ ਵਾਲੀ ਤਾਂ ਇਸ ਵਿੱਚ ਚੀਜ਼ ਹੀ ਨਹੀਂ ਜੀ ਜਦੋਂ ਹੱਸਦਾ ਹੁੰਦਾ ਮੈਨੂੰ ਤਾਂ ਉਦੋਂ ਹੀ ਬੜਾ ਭੈੜਾ ਲੱਗਦਾ ਜੀ ਮਿਹਰਬਾਨੀ ਬਾਕੀ ਸੀਮਾ 'ਚ ਸੀਮਾ ਸਾਹਿਬ ਨੂੰ ਮੈਂ ਇੱਕ ਬੇਨਤੀ ਕਰਨੀ ਸੀ ਵੀ ਅੱਜ ਵੀ ਕੋਈ ਸਾਨੂੰ ਇਹਨਾਂ ਬਾਰੇ ਦੱਸ ਦਿੰਦੇ ਵੀ ਇਹਨਾਂ ਦੀ ਜਿਹੜੀ ਮਾਨਸਿਕਤਾ ਕਿੱਦਾਂ ਦੀ ਆ ਜੀ ਜੀ ਜੰਗ ਬਹਾਦਰ ਜੀ ਬਿਲਕੁਲ ਸਹੀ ਕਿਹਾ ਤੁਸੀਂ ਵਿਰਸਾ ਸਿੰਘ ਵਲਟੋਏ ਦਾ ਜਿਹੜਾ ਪਿਛੋਕੜ ਆ ਉਹਦੀ ਜੇ ਘੋਕ ਕਰੀਏ ਅਤੇ ਬਹੁਤ ਸ਼ਰਮਨਾਕ ਗੱਲਾਂ ਨਿਕਲ ਕੇ ਆਉਂਦੀਆਂ ਵਾ ਆਪਰੇਸ਼ਨ ਬਲੂ ਸਟਾਰ ਵੇਲੇ ਵੀ ਇਹਨਾਂ ਦੀ ਜਿਹੜੀ ਭੂਮਿਕਾ ਸੀ ਉਹ ਕਾਫੀ ਸ਼ਰਮਨਾਕ ਸੀ ਇਹਨਾਂ ਨੇ ਆਪਣਾ ਨਾਮ ਹੀ ਉਸ ਵੇਲੇ ਮੈਂ ਤਾਂ ਉਸ ਬਲੂ ਸਟਾਰ ਬਾਰੇ ਤਾਂ ਡਾਕੂਮੈਂਟਰੀ ਬਣਾਉਣ ਲੱਗਿਆ ਬਹੁਤ ਡਿਟੇਲ ਇਨਵੈਸਟੀਗੇਸ਼ਨ ਕੀਤੀ ਆ ਇਹਨਾਂ ਲੋਕਾਂ ਨੇ ਜਦੋਂ ਇਹਨਾਂ ਨੂੰ ਆਰਮੀ ਨੇ ਫੜਿਆ ਅਤੇ ਇਹਨਾਂ ਲੋਕਾਂ ਨੇ ਆਪਣੇ ਨਾਮ ਹੀ ਗਲਤ ਦੱਸਿਆ ਔਰ ਆਪਣੇ ਆਪ ਨੂੰ ਐਸ ਜੀ ਪੀ ਸੀ ਦੇ ਮੁਲਾਜ਼ਮ ਦੱਸ ਕੇ ਆਪਣਾ ਇਹਨਾਂ ਨੇ ਪਿੱਛਾ ਛੁੜਾਇਆ ਇਹ ਲੋਕ ਜਿਹੜੇ ਆ ਆਪਣੀ ਜਿਹੜੀ ਗੱਲ 'ਤੇ ਖੜ੍ਹੇ ਕੋਈ ਨਹੀਂ ਇਹਨਾਂ 'ਚ ਰਿਹਾ ਔਰ ਇਸੇ ਕਰਕੇ ਇਹ ਲੋਕ ਜਿਹੜੇ ਆ ਬਾਅਦ ਦੇ ਵਿੱਚ ਇਹਨਾਂ ਨੇ ਕਈ ਪਾਰਟੀਆਂ ਬਦਲੀਆਂ ਔਰ ਅਖੀਰ ਅਕਾਲੀ ਦਲ ਬਾਦਲ ਦੇ ਵਿੱਚ ਆ ਕੇ ਉੱਥੇ ਸੀ ਪੀ ਐੱਸ ਇਸ ਵੇਲੇ ਬਣਿਆ ਇਹੋ ਜਿਹੀ ਇਹਨਾਂ ਦੀ ਭੂਮਿਕਾ ਵਾ ਖੈਰ ਜੇ ਉਹ ਅਕਾਲੀ ਦਲ ਨੂੰ ਇਹ ਨਹੀਂ ਚੁੱਭਦੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਪਰ ਐਟਲੀਸਟ ਇਹਨਾਂ ਲੋਕਾਂ ਨੂੰ ਇਹੋ ਜਿਹੇ ਬਿਆਨ ਬਿਲਕੁਲ ਨਹੀਂ ਦੇਣੇ ਚਾਹੀਦੇ ਇੱਥੇ ਹੁਣ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਅਸੀਂ ਵਿਰਸਾ ਸਿੰਘ ਵਲਟੋਆ ਦਾ ਬਿਆਨ ਔਰ ਵੈਸੇ ਪੰਜਾਬ ਸਿਆਸਤ ਦੇ ਵਿੱਚ ਜਿਹੋ ਜਿਹੀ ਬਿਆਨਬਾਜ਼ੀ ਹੋ ਰਹੀ ਆ ਉਹਦੇ 'ਤੇ ਆਪਣਾ ਜਿਹੜੀ ਵਿਚਾਰ ਚਰਚਾ ਵਾ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਵਾਪਸ ਆ ਕੇ ਥੋੜ੍ਹੀ ਜਿਹੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵੈਲਕਮ ਬੈਕ ਤੁਸੀਂ ਸੁਣ ਰਹੇ ਜੇ ਸ਼ੋ ਹੈਲੋ ਗਲੋਬਲ ਪੰਜਾਬ ਅਸੀਂ ਡਿਸਕਸ ਕਰ ਰਹੇ ਹਾਂ ਕੁਝ ਅਕਾਲੀ ਲੀਡਰਾਂ ਦੇ ਵਿਵਾਦਿਕ ਬਿਆਨ ਇੱਥੇ ਅਸੀਂ ਜਿੰਨੇ ਦੁਨੀਆ ਭਰ ਤੋਂ ਕਾਲਰਸ ਔਰ ਸਾਡੇ ਨਾਲ ਲਾਈਵ ਜੁੜੇ ਹੋਏ ਆ ਜਿਹੜੇ ਕਾਲਰ ਸਾਡੇ ਨਾਲ ਫੇਸਬੁੱਕ 'ਤੇ ਵੀ ਜੁੜੇ ਆ ਦਰਸ਼ਕ ਫੇਸਬੁੱਕ 'ਤੇ ਵੀ ਜੁੜੇ ਆ ਉਹਨਾਂ ਦਾ ਵੀ ਅਸੀਂ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਵੱਖਰੇ ਵੱਖਰੇ ਥਾਵਾਂ ਤੋਂ ਅਸੀਂ ਵੇਖਿਆ ਵਾ ਕਿ ਇਸ ਵੇਲੇ ਕਾਲਰ ਸਾਡੇ ਨਾਲ ਨੇ ਅਸੀਂ ਗੱਲ ਕਰ ਰਹੇ ਹਾਂ ਕੁਝ ਅਕਾਲੀ ਲੀਡਰਾਂ ਵੱਲੋਂ ਦਿੱਤੇ ਗਏ ਵਿਵਾਦਿਕ ਬਿਆਨਾਂ ਦੀ ਜ਼ਾਹਿਰ ਹੈ ਕਿ ਵਿਰਸਾ ਸਿੰਘ ਵਲਟੋਆ ਦਾ ਇਹ ਬਿਆਨ ਜਿਹਨੂੰ ਅਸੀਂ ਡਿਸਕਸ ਕਰ ਰਹੇ ਹਾਂ ਸਿਰਫ ਭੜਕਾਊ ਹੀ ਨਹੀਂ ਆਪ ਦੇ ਵਰਕਰਾਂ ਨੂੰ ਮੇਰੇ ਖਿਆਲ ਆ ਖਿਜਾਉਣ ਦੀ ਕੋਸ਼ਿਸ਼ ਵੀ ਹੈ ਕਿਉਂਕਿ ਅਕਾਲੀ ਭਾਜਪਾ ਖਿਲਾਫ਼ ਜਿਹੜੀ ਲਹਿਰ ਆ ਇਹ ਟਲ ਨਹੀਂ ਰਹੀ ਐਂਟੀ ਇਨਕੰਬੈਂਸੀ ਬੜੀ ਸਟਰੋਂਗ ਆ ਇਹਨਾਂ ਪਾਰਟੀਆਂ ਦੀ ਕੋਸ਼ਿਸ਼ ਹੈ ਕਿ ਵਿਚਾਰ ਚਰਚਾ ਮਸਲਿਆਂ 'ਤੇ ਨਾ ਹੋਵੇ ਅਤੇ ਲੋਕ ਆਪਸ ਵਿੱਚ ਭਿੜ ਪੈਣ ਇਸ ਗੱਲ ਤੋਂ ਵਿਰੋਧੀ ਧਿਰਾਂ ਨੂੰ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਸੁਚੇਤ ਕੇਅਰਫੁੱਲ ਰਹਿਣਾ ਚਾਹੀਦਾ ਵਾ ਵੈਸੇ ਮਾੜੀ ਸ਼ਬਦਾਵਲੀ ਵਰਤਣ ਤੋਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਗੁਰੇਜ਼ ਕਰਨਾ ਚਾਹੀਦਾ ਵਾ ਤੁਹਾਨੂੰ ਯਾਦ ਹੋਵੇਗਾ ਕਿ 3 ਕੁ ਸਾਲ ਪਹਿਲਾਂ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਲੀਡਰ ਰਾਣਾ ਗੁਰਜੀਤ ਸਿੰਘ ਪੰਜਾਬ ਵਿਧਾਨ ਸਭਾ ਦੀ ਅਸੈਂਬਲੀ ਦੇ ਵਿੱਚ ਵੀ ਭਿੜ ਪਏ ਸਨ ਅਤੇ ਗਾਲੀ ਗਲੋਚ ਹੋਏ ਸਨ ਸਪੀਕਰ ਨੂੰ ਉਹਨਾਂ ਦੇ ਜਿਹੜੇ ਬਿਆਨ ਸੀ ਉਹਨਾਂ ਨੂੰ ਐਕਸਪੰਜ ਕਰਨਾ ਪਿਆ ਹਟਾਉਣਾ ਪਿਆ ਸੀ ਚਾਹੀਦਾ ਤਾਂ ਇਹ ਹੈ ਕਿ ਇੱਕ ਸਿਆਸੀ ਮਰਿਆਦਾ ਫੋਲੋ ਕੀਤੀ ਜਾਏ ਵਿਰਸਾ ਸਿੰਘ ਵਲਟੋਆ ਦਾ ਪਿਛੋਕੜ ਕਾਫੀ ਵਿਵਾਦਿਤ ਰਿਹਾ ਹੈ ਇੱਕ ਵੇਲੇ ਉਹ ਖਾੜਕੂ ਲਹਿਰ ਨਾਲ ਵੀ ਜੁੜੇ ਰਹੇ ਬਾਅਦ ਵਿੱਚ ਉਹਨਾਂ ਆਪਣੇ ਕੁਝ ਸਾਥੀਆਂ ਸਮੇਤ ਅਕਾਲੀ ਦਲ ਬਾਦਲ ਜੁਆਇਨ ਕਰ ਲਿਆ ਸੀ ਹੁਣ ਵੀ ਪਿੱਛੇ ਜੇ ਉਹਨਾਂ ਨੇ ਆਪ ਹੀ ਮੰਨਿਆ ਕਿ ਹਾਂ ਮੈਂ ਖਾੜਕੂ ਰਿਹਾ ਵਾਂ ਅਤੇ ਮੈਂ ਹੁਣ ਵੀ ਇਸ ਵੇਲੇ ਮੈਂ ਅੱਤਵਾਦੀ ਅਦਨ ਫੈਕਟ ਖਾੜਕੂ ਨਹੀਂ ਉਹਨਾਂ ਨੇ ਅੱਤਵਾਦੀ ਕਿਹਾ ਆਪਣੇ ਆਪ ਨੂੰ ਇਸ ਵੇਲੇ ਉਹ ਸਿਰਫ ਐੱਮ ਐੱਲ ਏ ਨਹੀਂ
ਮੁੱਖ ਪਾਰਲੀਮਾਨੀ ਸਕੱਤਰ ਵੀ ਨੇ। ਉਹ ਅਕਾਲੀ ਦਲ ਦੇ ਬੁਲਾਰੇ ਵਜੋਂ ਟੀਵੀ ਡਿਬੇਟਾਂ ਦੇ ਵਿੱਚ ਵੀ ਹਿੱਸਾ ਲੈਂਦੇ ਨੇ, ਕਿਉਂਕਿ ਕਿਸੇ ਨੂੰ ਵੀ ਛਿੱਤਰ ਫੇਰਨ ਵਾਸਤੇ ਕਹਿਣਾ ਇੱਕ ਤਰੀਕੇ ਦੀ ਕਾਨੂੰਨ ਦੀ ਉਲੰਘਣਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਸਾਡਾ ਮੰਨਣਾ ਹੈ, ਉਹਨਾਂ ਨੂੰ ਵਲਟੋਏ ਦੇ ਇਸ ਬਿਆਨ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਵਾ, ਉਹਨਾਂ ਨੂੰ ਤਾੜਨਾ ਚਾਹੀਦਾ, ਅਤੇ ਜੇ ਉਹ ਬਾਜ ਨਹੀਂ ਆ ਰਹੇ ਤਾਂ ਉਹਨਾਂ ਖਿਲਾਫ਼ ਕਾਨੂੰਨੀ ਕਾਰਵਾਈ ਔਰ ਸਿਆਸੀ ਕਾਰਵਾਈ ਜਿਹੜੀ ਹੈ ਉਹ ਕਰਨੀ ਚਾਹੀਦੀ। ਬਾਦਲ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਹੋ ਜਿਹੇ ਲੋਕ ਕਿਸੇ ਅਹੁਦੇ ਦੇ ਸਾਡੇ ਹਿਸਾਬ ਦੇ ਨਾਲ ਬਿਲਕੁਲ ਕਾਬਲ ਨਹੀਂ ਹਨ। ਬਹੁਤ ਸਾਰੇ ਕਾਲਰ ਸਾਡੇ ਨਾਲ ਇਸ ਵੇਲੇ ਫੇਸਬੁੱਕ 'ਤੇ ਵੀ ਜੁੜੇ ਆ, ਪਰ ਜਿਹੜੇ ਕਾਲਰਸ ਹੋਲਡ ਕਰ ਰਹੇ ਪਹਿਲਾਂ ਉਹਨਾਂ ਦੀ ਗੱਲ ਸੁਣ ਲਈਏ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਪਰਮਜੀਤ ਸਿੰਘ ਬੋਲ ਰਿਹਾ ਜੀ ਮੈਲਬੋਰਨ ਤੋਂ। ਹਾਂਜੀ ਪਰਮਜੀਤ ਸਿੰਘ ਜੀ, ਦੱਸੋ ਕੀ ਵਿਚਾਰ ਨੇ ਤੁਹਾਡੇ? ਮੈਂ ਸਰ ਕਹਿਣਾ ਚਾਹੁੰਦਾ ਸੀ ਇਹ ਜਿਹੜੇ ਇੱਦਾਂ ਦੇ ਬਿਆਨ ਦੇ ਰਹੇ ਨੇ, ਚਾਹੇ ਬਲਟੋਹਾ ਦੇ ਰਿਹਾ ਚਾਹੇ ਹੋਰ, ਮੈਂ ਕਈਆਂ ਦੇ ਅਕਾਲੀ ਲੀਡਰਾਂ ਦੇ ਹੋਰਾਂ ਦੇ ਵੀ ਸੁਣੇ ਨੇ ਬਿਆਨ, ਇਹ ਸਾਰਾ ਜਿਉਂ ਜਿਉਂ ਇਲੈਕਸ਼ਨ ਨੇੜੇ ਆ ਰਹੀ ਆ ਇਹਨਾਂ ਦੇ ਬਿਆਨ ਹੋਰ ਇਹ ਖਰਾਬ ਹੁੰਦੇ ਜਾਣੇ ਨੇ, ਕਿਉਂਕਿ ਮੈਂਟਲੀ ਅਪਸੈਟ ਹੋ ਰਹੇ ਨੇ ਜਿਉਂ ਜਿਉਂ ਇਲੈਕਸ਼ਨ ਨੇੜੇ ਆ ਰਹੀ ਆ, ਇਹਨਾਂ ਨੂੰ ਹਾਰ ਆਪਣੀ ਸਾਹਮਣੇ ਦੇਖ ਰਹੀ ਆ ਜੀ। ਤੇ ਇੱਕ ਮੈਂ ਕੱਲ ਸੁਖਬੀਰ ਬਾਦਲ ਦਾ ਵੀ ਬਿਆਨ ਸੁਣ ਰਿਹਾ ਸੀ, ਜੇ ਤੁਸੀਂ ਵੀ ਦੇਖੋ ਉਹਨਾਂ ਦੀ ਆਵਾਜ਼ ਨੂੰ ਪੌਜ਼ ਕਰਕੇ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਜੀ, ਉਹਦੇ ਵਿੱਚ ਉਹ ਕਹਿ ਰਹੇ ਆ ਕਿ ਆਮ ਆਦਮੀ ISI ਤੋਂ ਫੰਡਿੰਗ ਆ ਜੀ, ਉਹ ਫਲਾਣੇ ਤੋਂ ਫੰਡਿੰਗ ਆ, ਉਹ ਉਹਨਾਂ ਦੀ ਆਵਾਜ਼ ਪੌਜ਼ ਕਰਕੇ ਉਹਨਾਂ ਦੀਆਂ ਅੱਖਾਂ ਦੇਖੋ ਪਹਿਲਾਂ ਤੁਸੀਂ ਕਿੱਧਰ ਜਾ ਰਹੇ ਆ। ਉਹ ਜੋ ਫੋਰਸ ਫਿਰ ਖਾਧਾ ਪੀਤਾ ਹੁੰਦਾ ਉਹ ਫਿਰ ਉਹੀ ਬੋਲਦਾ ਅੰਦਰ, ਉਹ ਕਹਿੰਦੇ ਨੇ ਨਾ ਵੀ ਤੂੰ ਨੀ ਬੋਲਦੀ ਸਰਕਾਰ ਨੇ ਤੇਰੇ ਚ ਤੇਰਾ ਯਾਰ ਬੋਲਦਾ, ਉਹ ਸੁਖਬੀਰ ਬਾਦਲ ਨੀ ਬੋਲਦਾ ਵਿੱਚੋਂ ਕੁਛ ਹੋਰ ਬੋਲਦਾ ਫਿਰ। ਮਿਹਰਬਾਨੀ ਮਿਹਰਬਾਨੀ, ਇੱਦਾਂ ਹੀ ਇਹ ਬਲਟੋਹੇ ਦਾ ਹਿਸਾਬ ਆ, ਇਹ ਇਹਨਾਂ ਦਾ ਤਾਂ ਪਿਛੋਕੜ ਆਪਾਂ ਨੂੰ ਸਾਰਿਆਂ ਨੂੰ ਪਤਾ, ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਉੱਥੇ ਦਰਬਾਰ ਸਾਹਿਬ 'ਚ ਸੀ ਜਦੋਂ ਗੋਲੀ ਚੱਲਦੀ ਸੀ, ਜੇ ਐਡਾ ਹੀ ਦੇਸ਼ ਭਗਤ ਸੀ ਤਾਂ ਉੱਥੇ ਫਿਰ ਇਹ ਖੜਦਾ ਛਾਤੀ ਤਾਣ ਕੇ ਜੀ, ਉੱਥੋਂ ਇਹ ਬਾਹਰ ਆ ਗਿਆ, ਫਿਰ ਇਹ ਬਾਦਲਾਂ ਦੇ ਚਰਨੀ ਬੈਠ ਗਿਆ, ਇਹਨੇ ਵਿਧਾਨ ਸਭਾ 'ਚ ਸ਼ਰੇਆਮ ਕਿਹਾ ਕਿ ਵਿਧਾਨ ਸਭਾ ਤੋਂ ਉੱਤੋਂ ਤਾਂ ਕੋਈ ਵੀ ਵੱਡੀ ਚੀਜ਼ ਨਹੀਂ ਹੈਗੀ ਵੀ ਮੈਂ ਅੱਤਵਾਦੀ ਸੀ ਤੇ ਅੱਤਵਾਦੀ ਹੈਗਾ ਅੱਤਵਾਦੀ ਰਹੂੰਗਾ ਜੀ ਜੀ, ਤੇ ਬਾਦਲ ਸਾਹਿਬ ਉੱਥੇ ਸੁੱਤੇ ਪਏ ਸੀ ਉਦੋਂ ਫਿਰ ਇਹਨੂੰ ਕਰਦੇ ਬਾਹਰ ਫੜ ਕੇ, ਏਦਾਂ ਦੇ ਬੰਦਿਆਂ ਨੂੰ ਇਹਨਾਂ ਨੇ CPS ਦੇ ਅਹੁਦੇ ਤੇ ਬਿਠਾਇਆ ਹੋਇਆ, ਜੇ ਦੂਜਾ ਕੋਈ ਬਿਆਨ ਦੇ ਦਿੰਦਾ ਫਿਰ ਇਹਨਾਂ ਨੂੰ ਪ੍ਰੋਬਲਮ ਆ ਜਾਂਦੀ ਹੈ। ਬਿਲਕੁਲ ਸਹੀ ਕਿਹਾ, ਸਾਰੀ ਗੁੰਡੇ ਇਕੱਠੇ ਕੀਤੇ ਹੋਏ ਨੇ। ਬਿਲਕੁਲ ਬਿਲਕੁਲ, ਮਿਹਰਬਾਨੀ ਮਿਹਰਬਾਨੀ ਪਰਮਜੀਤ ਜੀ, ਤੁਹਾਡੇ ਵਿਚਾਰ ਬਿਲਕੁਲ ਸਪਸ਼ਟ ਨੇ, ਬੜੇ ਕਲੀਅਰ ਆ। ਮੀਨਵਾਈਲ ਮੈਂ ਇੱਕ ਕਰੈਕਸ਼ਨ ਕਰਨੀ ਚਾਹੁੰਦਾ ਵਾਂ, ਸਾਡੇ ਅੱਜ ਸ਼ੋਅ ਦੇ ਸਭ ਤੋਂ ਪਹਿਲੇ ਕਾਲਰ ਮੈਨੂੰ ਲੱਗਾ ਸੀ ਸ਼ਾਇਦ ਸ਼ੇਰਗਿੱਲ ਸਾਹਿਬ ਨੇ, ਪਰ ਉਹ ਐਕਚੁਅਲੀ ਮੇਰੀ ਟੀਮ ਨੇ ਦੱਸਿਆ ਕਿ ਉਹ ਕੁਲਾਰ ਸਾਹਿਬ ਸੀ ਟੋਰਾਂਟੋ ਤੋਂ। ਸੋ ਇਹ ਮੈਂ ਕਰੈਕਸ਼ਨ ਕਰਨੀ ਚਾਹੁੰਦਾ, ਕਿਉਂਕਿ ਮੈਂ ਦੋ ਵਾਰੀ ਇਹ ਵੀ ਕਿਹਾ ਵਾ ਕਿ ਸ਼ੇਰਗਿੱਲ ਸਾਹਿਬ ਨੇ ਆਹ ਕਿਹਾ ਸੀ ਸ਼ੇਰਗਿੱਲ, ਉਹ ਐਕਚੁਅਲੀ ਸ਼ੇਰਗਿੱਲ ਨਹੀਂ, ਅੱਜ ਸ਼ੇਰਗਿੱਲ ਸਾਹਿਬ ਜੋ ਨੋਰਮਲੀ ਸਾਡੇ ਫਸਟ ਕਾਲਰ ਹੁੰਦੇ ਆ, ਅੱਜ ਉਹ ਹਾਲੀ ਸ਼ੋਅ 'ਚ ਨਹੀਂ ਆਏ, ਔਰ ਪਹਿਲੇ ਕਾਲਰ ਅੱਜ ਕੁਲਾਰ ਸਾਹਿਬ ਸਨ। ਅਗਲੀ ਕਾਲ ਵੱਲ ਵੱਧਦੇ ਹਾਂ, ਫਿਰ ਸੁਣ ਦੇਖਦੇ ਹਾਂ ਕਿ ਫਿਰ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਫੇਸਬੁੱਕ 'ਤੇ ਕਮੈਂਟਸ ਵੀ ਸ਼ੇਅਰ ਕਰੂੰਗਾ। ਹੈਲੋ, ਹੈਲੋ, ਹਾਂਜੀ ਭਾਈ ਸਾਹਿਬ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਮੈਂ ਅਮਨਦੀਪ ਪੁੱਤਿਆ ਵਾਂ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਜੀ ਅਮਨਦੀਪ ਜੀ, ਸਤਿ ਸ਼੍ਰੀ ਅਕਾਲ ਭਾਜੀ, ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ, ਮਿਹਰਬਾਨੀ। ਜੋ ਵੀ ਆਪ ਆਡੀ ਕੰਮ ਕਰਦੇ ਪਏ ਆ, ਕਿਸੇ ਨੂੰ ਕਿਸੇ ਇਹਦੀ ਉੱਠਣਾ ਹੀ ਪੈਣਾ ਸੀਗਾ, ਕਿਉਂਕਿ ਹੁਣ ਇਹਨਾਂ ਨੇ ਬਹੁਤ ਜ਼ਿਆਦਾ ਅੱਤ ਕਰਾ ਦਿੱਤੀ ਆ ਜੀ, ਤੇ ਜਦੋਂ ਵੀ ਇਹ ਗੈਸ ਤਰ੍ਹਾਂ ਨਾਲ ਬਿਆਨ ਦੇ ਰਹੇ ਆ, ਕੋਈ ਮੁੱਛਾਂ ਨੂੰ ਵੱਟ ਚਾੜ ਰਿਹਾ ਵਾ, ਕੋਈ ਕੁਛ ਕਰ ਰਿਹਾ ਵਾ, ਤੇ ਕੀ ਕੁਛ ਹੋ ਰਿਹਾ ਵਾ, ਕਿਤੇ ਕਿਤੇ ਟੀਚਰਾਂ ਦੇ ਥੱਪੜ ਮਾਰਦੇ ਆ ਇਹ, ਕਿੱਧਰ ਉੱਧਰ ਅਬੂਰ ਵਾਲੇ ਪਾਸੇ ਭੀਮ ਹੱਤਿਆ ਕਾਂਡ ਕੀ ਕੁਛ ਹੋ ਰਿਹਾ, ਬਿਲਕੁਲ ਜੀ ਹੋਣੀ ਚਾਹੀਦੀ। ਵੇਖੋ, ਇਹਨਾਂ ਦੇ ਚਿੱਟੀ ਦਾੜੀ ਹੋਈ ਵੀ ਆ, ਇਹੋ ਜਿਹੇ ਸਿਆਣੀ ਉਮਰ ਦੇ ਬੰਦੇ ਤੋਂ ਜੇ ਪਰਿਵਾਰ ਵਿੱਚ ਵੀ ਆਪਣੇ ਬਜ਼ੁਰਗ ਹੋਏ, ਆਪਾਂ ਸਲਾਹ ਲੈ ਕੇ ਕੰਮ ਕਰਦੇ ਆ, ਪਰ ਜਦੋਂ ਕਹਿੰਦੇ ਹੁੰਦੇ ਜੀ ਦਾ ਬਜ਼ੁਰਗ ਬੰਦਾ ਜਿਹੜਾ ਇੰਨੇ ਤਜਰਬੇਕਾਰ ਬੰਦਾ ਇਹੋ ਜਿਹੇ ਗੈਰ ਜ਼ਿੰਮੇਦਾਰਾਨਾ ਬਿਆਨ ਦੇਵੇ, ਇਹਦਾ ਮਤਲਬ ਉਹਦਾ ਦਿਮਾਗੀ ਸੰਤੁਲਨ ਹਿੱਲ ਗਿਆ ਵਾ। ਦਿਮਾਗੀ ਸੰਤੁਲਨ ਹਿੱਲ ਗਿਆ ਵਾ, ਇਹ ਅਮਨਦੀਪ ਸਿੰਘ ਦਾ ਖਿਆਲ ਹੈ ਵਿਰਸਾ ਸਿੰਘ ਵਲਟੋਏ ਬਾਰੇ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਗੱਲ ਕਰਨੀ ਚਾਹੁੰਦੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਦੋ ਗੱਲਾਂ ਕਹਾਂਗਾ ਜੀ ਅੱਜ ਦੇ ਮੁੱਦੇ ਤੇ, ਇੱਕ ਤੇ ਬਾਦਲ ਸਾਹਿਬ ਬਾਰੇ ਤੇ ਇੱਕ ਵਲਟੋਆ ਜੀ ਬਾਰੇ। ਇੱਕ ਆਪਣੀ ਇੰਟਰੋਡਕਸ਼ਨ ਪਹਿਲਾਂ ਦੇ ਦਿਓ, ਹੁਣੇ ਤੁਸੀਂ ਜਾਣ ਜਾਓਗੇ ਜੀ। ਮੈਂ ਮਲਹੋਤਰਾ ਬੋਲਦਾ। ਹਾਂਜੀ ਮਲਹੋਤਰਾ ਜੀ, ਹਾਂਜੀ ਹਾਂਜੀ। ਪਹਿਲਾਂ ਤੇ ਬਾਦਲ ਸਾਹਿਬ ਬੜੇ, ਮੈਂ ਇਹਨਾਂ ਨੂੰ ਬਹੁਤ ਸੁਲਝੇ ਹੋਏ ਸਿਆਣੇ ਸਿਆਸਤਦਾਨ ਗਿਣਦਾ ਜੀ, ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਜੀ, ਜਿਨ੍ਹਾਂ ਨੇ ਸਾਰੇ ਅਕਾਲੀ ਦਲ ਨੂੰ ਸਮੇਟ ਕੇ ਰੱਖਿਆ ਹੋਇਆ ਅੱਜ ਦੀ ਡੇਟ ਤੱਕ ਜੀ।
ਪਰ ਉਹਨਾਂ ਉਹ ਇਹ ਚੀਜ਼ਾਂ ਇਗਨੋਰ ਕਿੱਦਾਂ ਕਰ ਰਹੇ ਆ ਕਿ ਇਹਦੇ ਨਾਲ ਉਹਨਾਂ ਦੇ ਅਕਾਲੀ ਦਲ ਨੂੰ ਫਰਕ ਪੈ ਰਿਹਾ, ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਵੋਟਰਸ ਨੇ ਔਰ ਲੋਕ ਨੇ ਸਿਆਣੇ ਹੋ ਚੁੱਕੇ ਨੇ ਜੀ। ਇਹ ਗੱਲਾਂ ਸਾਰੀਆਂ ਜਦੋਂ ਅਨਪੜ੍ਹਤਾ ਸੀ, ਜਦੋਂ ਲੋਕੀ ਸਮਝਦੇ ਹੀ ਨਹੀਂ ਸਨ, ਤਦ ਗੱਲਾਂ ਕਰੋ ਤਾਂ ਕੋਈ ਗਲਤ ਜਾਇਜ਼ ਸੀ। ਅੱਜ ਵੋਟਰ ਔਰ ਪਬਲਿਕ ਸਿਆਣੀ ਹੋ ਚੁੱਕੀ ਹੋਈ ਹੈ, ਇਹ ਬਾਦਲ ਸਾਹਿਬ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਬਿਲਕੁਲ ਠੀਕ ਕਿਹਾ। ਅੱਜ ਕੱਲ੍ਹ ਲੋਕ ਸਿਆਣੇ ਹੋ ਗਏ ਆ ਔਰ ਇਹਨਾਂ ਹਾਲਾਤਾਂ ਦੇ ਵਿੱਚ ਮਲਹੋਤਰਾ ਜੀ ਕਹਿ ਰਹੇ ਆ ਕਿ ਬਾਦਲ ਸਾਹਿਬ ਇਹ ਕਿਵੇਂ ਇਗਨੋਰ ਕਰ ਰਹੇ ਆ, ਕਿਵੇਂ ਨਜ਼ਰਅੰਦਾਜ਼ ਕਰ ਰਹੇ ਆ, ਇਹੋ ਜਿਹੀਆਂ ਸਟੇਟਮੈਂਟਸ, ਇਹ ਉਹਨਾਂ ਨੂੰ ਬਹੁਤ ਹੈਰਾਨੀ ਹੋ ਰਹੀ ਆ। ਉਹਨਾਂ ਉਹ ਮੰਨਦੇ ਆ ਕਿ ਬਾਦਲ ਸਾਹਿਬ ਬਹੁਤ ਸਿਆਣੇ ਸੁਲਝੇ ਹੋਏ ਪੋਲੀਟੀਸ਼ੀਅਨ ਆ, ਪਰ ਇਸ ਵੇਲੇ ਉਹ ਵੀ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਨਹੀਂ ਦੇ ਰਹੇ। ਹਾਂਜੀ ਮਲਹੋਤਰਾ ਜੀ, ਗੱਲ ਮੇਰੀ ਵਲਟੋਆ ਸਾਹਿਬ ਵਾਸਤੇ ਆ। ਵਲਟੋਆ ਸਾਹਿਬ ਤਾਂ ਪਿਛੋਕੜ ਦੱਸਣ ਦੀ ਲੋੜ ਨਹੀਂ ਮੇਰੇ ਖਿਆਲ, ਜਿਹੜਾ ਵੀ ਜਿਹੜਾ ਵੀ ਸਿਆਸਤ 'ਤੇ ਜੋੜਿਆ ਹੋਇਆ ਉਹ 1984 ਤੋਂ ਲੈ ਕੇ ਅੱਜ ਤੱਕ ਵਲਟੋਆ ਸਾਹਿਬ ਬਾਰੇ ਸਭ ਕੁਛ ਜਾਣਦਾ, ਕੋਈ ਜਿਹੜਾ ਵੀ ਸਿਆਸਤ ਥੋੜ੍ਹੀ ਬਹੁਤ ਜਾਣਦਾ ਜੀ। ਵਲਟੋਆ ਸਾਹਿਬ 84 ਪੁਰਾਣੀ ਗੱਲਾਂ ਕਰਨ ਡੇ, ਉਹ ਜਿਹੜੇ ਨਾ ਪੈਂਦੇ, ਮੈਂ ਕਹਿਣਾ ਨਹੀਂ ਲੋਚ ਆਉਂਦਾ ਕਿ ਜਿਹੜੇ ਕਿ ਅਨਪੜ੍ਹਤਾ ਵਾਲੀ ਗੱਲਾਂ ਹੁਣ ਕਰ ਰਹੇ ਆ ਆਪਣੀ ਜਿਹੜੀਆਂ ਇਲੈਕਸ਼ਨ ਵਿੱਚ ਆ ਕੇ, ਜਿਹੜੀ ਕਿ ਇਹਨਾਂ ਨੂੰ ਨਹੀਂ ਚਾਹੀਏ। ਸਿਆਣੇ ਬੰਦੇ ਨੇ, ਸਿਆਣੀਆਂ ਗੱਲਾਂ ਕਰਨੀਆਂ ਚਾਹੀਦੀਆਂ, ਪਿਛਲੀਆਂ ਗੱਲਾਂ ਭੁੱਲ ਜਾਣ ਅਤੇ ਸਿਆਣੀਆਂ ਗੱਲਾਂ ਕਰਨੀਆਂ ਚਾਹੀਦੀਆਂ, ਬਸ ਇੰਨੀ ਗੱਲ ਕਹਿਣਾ। ਮਿਹਰਬਾਨੀ ਮਲਹੋਤਰਾ ਜੀ, ਵਿਰਸਾ ਸਿੰਘ ਵਲਟੋਆ ਨੂੰ ਸਿਆਣੀਆਂ ਗੱਲਾਂ ਕਰਨੀਆਂ ਚਾਹੀਦੀਆਂ ਵਾ, ਇਹੋ ਜਿਹੇ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ। ਮੀਨਵੈਲ ਸਾਡੇ ਨਾਲ ਬਹੁਤ ਲੋਕ ਫੇਸਬੁੱਕ 'ਤੇ ਜੁੜੇ ਆ, ਸਾਰੇ ਇਹ ਫੀਲ ਕਰ ਰਹੇ ਆ ਕਿ ਇਹ ਬਹੁਤ ਮਾੜਾ ਬਿਆਨ ਵਿਰਸਾ ਸਿੰਘ ਵਲਟੋਆ ਨੇ ਦਿੱਤਾ। ਅਵਤਾਰ ਸਿੰਘ ਸਿੱਧੂ, ਜਸਪ੍ਰੀਤ ਕੌਰ ਨਾਗਰਾ, ਮਨਪ੍ਰੀਤ ਕੰਗ, ਜੁਨੂ ਕੌਰ, ਹਰਪਾਲ ਸਿੰਘ, ਉਹ ਮੰਨਦੇ ਆ ਕਿ CM ਸਾਹਿਬ ਨੂੰ ਇਹਨਾਂ ਲੋਕਾਂ 'ਤੇ ਲਗਾਮ ਕੱਸਣ ਦੀ ਲੋੜ ਆ। ਸੁਖਬੀਰ ਸਿੰਘ ਬਾਦਲ ਦੇ ਜਿਹੜੇ ਸਟੇਟਮੈਂਟਸ ਆ ISI ਬਾਰੇ, ਇਹ ਬਿਲਕੁਲ ਗਲਤ ਆ। ਇਨਫੈਕਟ ਉਹਨਾਂ ਨੂੰ ਹਕੀਕਤ, ਗਰਾਊਂਡ ਸਿਚੁਏਸ਼ਨ ਜਿਹੜੀ ਆ ਉਹ ਦੇਖਣੀ ਚਾਹੀਦੀ ਆ। ਇੰਝ ਲੱਗ ਰਿਹਾ ਵਾ ਉਹਨਾਂ ਨੂੰ ਕਿ ਜੋ ਪੰਜਾਬ ਸਰਕਾਰ ਇਸ ਵੇਲੇ ਕਰ ਰਹੀ ਆ ਉਹ ਗਰਾਊਂਡ ਤਿਆਰ ਕਰ ਰਹੀ ਆ ਅਪੋਜੀਸ਼ਨ ਪਾਰਟੀਜ਼ 'ਤੇ ਹਮਲਾ ਕਰਨ ਦੀ ਜਾਂ ਕਰਵਾਉਣ ਦੀ। ਪੇਂਡੂ ਜੱਟ ਵੀ ਇਸ ਵੇਲੇ ਨਾਲ ਨੇ ਸਾਡੇ, ਸਤਬੀਰ ਸਿੰਘ ਗਰੇਵਾਲ, ਧਰਮਿੰਦਰ ਸਿੰਘ, ਉਹ ਕਹਿੰਦੇ ਨੇ ਕਿ ਪੰਜਾਬੀਆਂ ਨੂੰ ਪਤਾ ਵਾ ਵੀ ਜੇ ਉਹਨਾਂ 'ਤੇ ਕੋਈ ਹਮਲਾ ਹੋਵੇ ਤਾਂ ਹਮਲੇ ਦਾ ਜਵਾਬ ਕਿਵੇਂ ਦੇਣਾ ਵਾ। ਹੈਰੀ ਸਿੰਘ ਬੈਂਸ, ਖੁਸ਼ਮਿੰਦਰ ਸਿੰਘ, ਪ੍ਰਵੇਸ਼ ਮਲਿਕ, ਉਹਨਾਂ ਨੇ ਜਿਹੜਾ ਸੁਖਪਾਲ ਖਹਿਰੇ ਨੂੰ ZTV ਨੇ ਬਲੈਕਆਊਟ ਕੀਤਾ ਵਾ ਉਹਦੇ ਬਾਰੇ ਉਹਨਾਂ ਨੇ ਟਿੱਪਣੀ ਕੀਤੀ ਆ। ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ੍ਹ ZTV ਡਿਬੇਟਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਾ ਨਹੀਂ ਜਾ ਰਿਹਾ, ਕਿਉਂਕਿ ਸਾਡੇ ਇੱਕ ਨੁਮਾਇੰਦੇ ਸੁਖਪਾਲ ਸਿੰਘ ਖਹਿਰੇ ਦੀ ਨੂੰ ਉੱਥੇ ਸੱਦ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ। ਉਹਨਾਂ ਨੂੰ ਵਾਪਸ ਜਾਣ ਲਈ ਕਿਹਾ ਗਿਆ ਔਰ ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਕੋਈ ਵੀਕ ਬੰਦਾ ਤੁਹਾਡਾ ਲੈਣਾ ਚਾਹੁੰਦੇ ਹਾਂ, ਔਰ ਉਹ ਤਕੜੇ ਬੁਲਾ ਰਹੇ ਆ, ਇਸ ਕਰਕੇ ਉਹ ਡਿਬੇਟ ਦੇ ਵਿੱਚ ਉਹਨਾਂ ਨੂੰ ਸੂਟ ਨਹੀਂ ਸੀ ਕਰਦੇ। ਸੁਖਵਿੰਦਰ ਸਿੰਘ ਵੀ ਇਸ ਵੇਲੇ ਜੁੜੇ ਆ, ਯਾਦ ਪੰਨੂ, ਗੁਰਦਿਆਲ ਸਿੰਘ। ਗੁਰਦਿਆਲ ਸਿੰਘ ਦੀ ਟਿੱਪਣੀ ਜਿਹੜੀ ਆ ਉਹ ਥੋੜ੍ਹੀ ਜਿਹੀ ਹਟ ਕੇ ਆ, ਉਹ ਕਹਿ ਰਹੇ ਆ ਕਿ ਜੋ ਵੀ ਇਸ ਵੇਲੇ ਅੰਦਰੂਨੀ ਔਰ ਬਾਹਰਲੀਆਂ ਤਾਕਤਾਂ ਪੰਜਾਬ ਦੇ ਵਿੱਚ 80 ਦੇ ਦਹਾਕੇ 'ਚ ਕਰਵਾਉਂਦੀਆਂ ਰਹੀਆਂ, ਜੋ ਗੜਬੜੀ 1980 ਦੇ ਦਹਾਕੇ 'ਚ ਅੰਦਰੂਨੀ ਔਰ ਬਾਹਰਲੀ ਤਾਕਤਾਂ ਪੰਜਾਬ 'ਚ ਕਰਵਾਉਂਦੀਆਂ ਰਹੀਆਂ, ਉਹੀ ਤਾਕਤਾਂ ਇਸ ਵੇਲੇ ਅਰਵਿੰਦ ਕੇਜਰੀਵਾਲ ਔਰ ਉਹਨਾਂ ਦੇ ਨਾਲ ਸਾਥੀਆਂ ਦੇ ਪਿੱਛੇ ਨੇ, ਔਰ ਉਹ ਪੰਜਾਬੀਆਂ ਦੇ ਜਿਹੜੇ ਭਾਵਨਾਵਾਂ ਵਾ ਉਹਨਾਂ ਨੂੰ ਐਕਸਪਲੋਇਟ ਕਰਕੇ ਇਸ ਵੇਲੇ ਪੰਜਾਬ ਦੇ ਵਿੱਚ ਹਾਲਾਤ ਖਰਾਬ ਕਰਨਾ ਚਾਹੁੰਦੇ ਆ। ਇਹ ਗੁਰਦਿਆਲ ਸਿੰਘ ਦਾ ਵਿਚਾਰ ਆ। ਹੁਣ ਗੁਰਦਿਆਲ ਸਿੰਘ ਇਹ ਕਿਹੜੀ ਬੁਨਿਆਦ ਦੇ ਉੱਤੇ ਕਹਿ ਰਹੇ ਆ ਇਹਦੇ ਬਾਰੇ ਉਹਨਾਂ ਨੇ ਵੀ ਸਾਨੂੰ ਦੱਸਿਆ ਨਹੀਂ। ਮੀਨਵਾਈਲ ਯਾਦ ਪੰਨੂ, ਰਾਜਾ ਅਤਵਾਲ, ਜਸਪ੍ਰੀਤ ਕੌਰ ਨਾਗਰਾ, ਜੁਗਰਾਜ ਚੀਮਾ, ਗੁਰਪਿੰਦਰ ਸੇਖੋਂ, ਪ੍ਰੀਤ ਗੁਰੀ, ਮੁਖਵੀਰ ਸਿੰਘ, ਸੁਰਿੰਦਰ ਸਿੰਘ, ਐੱਸ ਜੌਹਲ, ਟਰਾਂਸਪੋਰਟ ਸਿੰਘ, ਜੇ ਸੋਹਲ ਟਰਾਂਸਪੋਰਟ ਸਿੰਘ, ਰਵੀ ਅਗਨੀਹੋਤਰੀ, ਸੱਤਾ ਬਰਾੜ, ਇਹ ਸਾਰੇ ਸਾਡੇ ਨਾਲ ਫੇਸਬੁੱਕ 'ਤੇ ਨੇ। ਹੋਰ ਵੀ ਬਹੁਤ ਸਾਰੇ ਲਗਾਤਾਰ, ਅਮਰਿੰਦਰ ਸੰਧੂ ਦਾ ਵੀ ਕਮੈਂਟ ਆ ਗਿਆ ਵਾ, ਕੁਝ ਕਮੈਂਟਸ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਵਾਂ। ਬਾਕੀ ਕਮੈਂਟਸ ਜਿਹੜੇ ਆ ਉਹ ਜਾਂ ਤਾਂ ਲੰਬੇ ਆ ਜਾਂ ਬਹੁਤ ਜ਼ਿਆਦਾ ਬਰੀਫ ਆ, ਕੋਈ ਉਹਨਾਂ ਨੇ ਕਮੈਂਟ ਨਹੀਂ ਕੀਤਾ, ਸਿਰਫ ਫਤਿਹ ਬੁਲਾਈ ਆ, ਸੋ ਇਸ ਕਰਕੇ ਮੈਂ ਉਹ ਰਿਪੀਟ ਨਹੀਂ ਕਰ ਰਿਹਾ। ਬਹੁਤ ਬਹੁਤ ਇਹਨਾਂ ਸਾਰਿਆਂ ਦਾ ਧੰਨਵਾਦ। ਅਗਲੀ ਕਾਲ ਵੱਲ ਵਧਦਿਆਂ ਦੇਖਦੇ ਅਗਲੇ ਕਾਲਰ ਕੀ ਗੱਲ ਆਪਣੀ ਜਿਹੜੀ ਆ ਸਾਂਝੀ ਕਰਨੀ ਚਾਹੁੰਦੇ। ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਬਲਵਿੰਦਰ ਸਿੱਧੂ ਬੋਲਦਾ ਵਿਨੀਪੈਗ ਤੋਂ। ਹਾਂਜੀ ਹਾਂਜੀ ਸਿੱਧੂ ਸਾਹਿਬ, ਇਸ ਜਿਹੜਾ ਬਿਆਨ ਦਿੱਤਾ ਵਿਰਸਾ ਸਿੰਘ ਵਲਟੋਹਾ ਨੇ, ਜਿੰਨੀ ਵੀ ਇਹਦੀ ਨਿੰਦਾ ਕੀਤੀ ਜਾਵੇ, ਜਿੰਨੀ ਵੀ ਨਿੰਦਾ ਕੀਤੀ ਉਨੀ ਥੋੜ੍ਹੀ ਹੈ, ਬਹੁਤ ਹੀ ਗਲਤ, ਘਟੀਆ ਬਿਆਨ ਇਹਨੂੰ ਕਿਹਾ ਜਾ ਸਕਦਾ, ਘਟੀਆ ਰਾਜਨੀਤੀ, ਘਟੀਆ ਸੋਚ ਜੀ। ਠੀਕ ਹੈ ਜੀ, ਤੇ ਬਾਕੀ ਹਰ ਇਨਸਾਫ਼ ਪਸੰਦ ਬੰਦੇ ਨੂੰ ਇਹਦੀ ਜਿੰਨੀ ਵੀ ਇਹਦੀ ਨਿੰਦਿਆ ਕਰਨੀ ਚਾਹੀਦੀ ਹੈ। ਇਹ ਸੋਚਦੇ ਇੱਦਾਂ ਕਰਕੇ ਇਹੋ ਜਿਹੇ ਬਿਆਨ ਦੇ ਕੇ ਡਰਾ ਲੈਣਗੇ, ਪਰ ਉਹ ਗਏ ਜ਼ਮਾਨੇ। ਹੁਣ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਹੁਣ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਆ ਉਹ ਡਟੇ ਹੋਏ ਆ, ਉਹ ਇਹਨਾਂ ਦੀਆਂ ਇਹੋ ਜਿਹੀਆਂ ਗਿੱਦੜ ਭਾਬਕੀਆਂ ਤੋਂ ਡਰਨ ਵਾਲੇ ਨਹੀਂ ਆ ਉਹ ਜੀ। ਸਾਨੂੰ ਆਮ ਆਦਮੀ ਪਾਰਟੀ ਨੂੰ ਇਹ ਵੀ ਕਿਹਾ ਜਾ ਰਿਹਾ ਵਾ ਵੀ ਤੁਸੀਂ ਆਪਣੀ ਸਿਕਿਉਰਿਟੀ ਜਿਹੜੀ ਆ ਉਹ ਟਾਈਟ ਕਰੋ, ਸਿਕਿਉਰਿਟੀ ਲਓ, ਸਾਡੇ ਬਹੁਤ ਸਾਡੇ ਕੋਲ ਇਨਫੈਕਟ ਸਿਕਿਉਰਿਟੀ ਹੈ ਹੀ ਨਹੀਂ,
ਕਿਸੇ ਕੋਲ ਭਾਵੇਂ ਕੋਈ ਸਿਕਿਉਰਿਟੀ ਹੋਵੇ, ਅਦਰਵਾਈਜ਼ ਸਾਡੇ ਕੋਲ ਕੋਈ ਸਿਕਿਉਰਿਟੀ ਨਹੀਂ, ਔਰ ਲੋਕ ਕਹਿ ਰਹੇ ਆ ਕਿ ਸਿਕਿਉਰਿਟੀ ਆਪਣੇ ਨਾਲ ਜ਼ਰੂਰ ਰੱਖੋ। ਭਾਈ ਸਾਹਿਬ ਜੇ ਤੁਸੀਂ ਸਿਕਿਉਰਿਟੀ ਰੱਖੋਗੇ ਤਾਂ ਫਿਰ ਤੁਸੀਂ ਲੋਕਾਂ ਦੇ ਵਿੱਚ ਵਿਚਰ ਨਹੀਂ ਸਕਦੇ। ਕੋਈ ਗੱਲ ਨਹੀਂ, ਜੇ ਇੱਕ ਤੋਂ ਸਾਡੇ 'ਚੋਂ ਨੁਕਸਾਨ ਹੋ ਵੀ ਗਿਆ ਤਾਂ ਇਹ ਜਿਹੜੀ ਮੂਵਮੈਂਟ ਆ ਉਹਨੂੰ ਠੇਸ ਨਹੀਂ ਲੱਗ ਸਕਦੀ, ਇਹ ਮੂਵਮੈਂਟ ਜਿਹੜੀ ਆ ਉਹ ਕਮਜ਼ੋਰ ਨਹੀਂ ਪਊਗੀ, ਇਸੇ ਤਰ੍ਹਾਂ ਹੀ ਤੁਰੀ ਰਹੂਗੀ। ਔਰ ਅਸੀਂ ਆਸ ਕਰਦੇ ਹਾਂ ਕਿ ਕੋਈ ਵੀ ਇਹੋ ਜਿਹਾ ਕੰਮ ਕਾਰਾ ਨਹੀਂ ਕਰੂਗਾ। ਇਨਫੈਕਟ ਜੇ ਆਪਾਂ ਪੰਜਾਬ ਦੇ ਵਿੱਚ ਬਦਲਾਵ ਲਿਆਉਣਾ ਵਾ ਤਾਂ ਆਪਾਂ ਨੂੰ ਖੜ੍ਹੇ ਹੋਣਾ ਹੀ ਪਊਗਾ, ਔਰ ਖੜ੍ਹੇ ਨਾਲ ਸਿਕਿਉਰਿਟੀ ਲੈ ਕੇ ਲੁਕ ਛੁਪ ਕੇ ਉਹਦੇ ਨਾਲ ਥੋੜ੍ਹਾ ਜਿਹਾ ਖੜ੍ਹੇ ਹੋਣਾ ਮੁਸ਼ਕਿਲ ਹੁੰਦਾ ਵਾ। ਸੋ ਖੜ੍ਹੇ ਆਪਾਂ ਨੂੰ ਬਿਲਕੁਲ ਸ਼ਰੇਆਮ ਖੜ੍ਹੇ ਹੋਣਾ ਪਊਗਾ। ਅਗਲੀ ਕਾਲਰ ਲਾਦੇ, ਦੇਖਦੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ, ਹਾਂਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਰਪ੍ਰੀਤ ਢਿੱਲੋਂ ਬੋਲ ਰਿਹਾ ਜੀ। ਹਾਂਜੀ ਢਿੱਲੋਂ ਸਾਹਿਬ। ਹਾਂਜੀ ਸੰਧੂ ਸਾਹਿਬ, ਅਸਲ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਨਾ ਜੀ, ਇਹ ਅਕਾਲੀ ਦਲ ਤਾਂ ਹੈ ਹੀ ਨਹੀਂ, ਤਾਂ ਹੁਣ ਅਕਾਲੀ ਮਾਫੀਆ ਗਾ। ਓਕੇ, ਮਾਫੀਆ ਦੇ ਜਿਹੜੇ ਕਰਿੰਦੇ ਆ ਉਹ ਇੰਨੇ ਜ਼ਿਆਦਾ ਡਰੇ ਹੋਏ, ਇਹਨਾਂ ਨੂੰ ਪਤਾ ਹੈਗਾ ਵੀ ਜਿਹੜੇ ਅਸੀਂ ਘਪਲੇ ਕੀਤੇ ਨੇਗੇ ਉਹ ਘਪਲੇ ਸਾਡੇ ਸਾਹਮਣੇ ਆਉਣਗੇ ਅਤੇ ਲੋਕਾਂ ਦੇ ਵਿੱਚ ਅਸੀਂ ਨੰਗੇ ਹੋਵਾਂਗੇ। ਇਹਨਾਂ ਨੇ ਧਾਰਮਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਸਾਰੇ ਘਪਲੇ ਹੀ ਘਪਲੇ ਕੀਤੇ ਨੇ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆਰ ਟੀ ਆਈ ਵਿੰਗ ਨੇ ਕੱਢਿਆ ਸੀਗਾ ਵੀ ਜਿਵੇਂ ਹੁਣ ਡਾਕਟਰ ਦਲਜੀਤ ਸਿੰਘ ਚੀਮਾ ਨੇਗੇ ਉਹ ਜਿੱਥੇ 60 ਕਿਲੋਮੀਟਰ ਉੱਥੇ 150 ਕਿਲੋਮੀਟਰ ਦਾ ਖਰਚਾ ਪਾ ਰਹੇ ਆ, 30 ਕਿਲੋਮੀਟਰ ਵਾਲੀ ਥਾਂ ਤੇ 140 ਦਾ ਪਾ ਰਹੇ ਆ। ਇਸ ਤਰ੍ਹਾਂ ਬਿਕਰਮਜੀਤ ਮਜੀਠੀਆ ਜੀ ਨੇ ਉਹ 16 ਕਿਲੋਮੀਟਰ ਦੀ ਥਾਂ ਤੇ 160 ਕਿਲੋਮੀਟਰ ਦੀ ਥਾਂ ਤੇ 570 ਦਾ ਜਾਣ ਦੀ ਜਿਹੜਾ ਟੀ ਏ ਡੀ ਏ ਲੈ ਰਹੇ ਆ। ਇਸ ਤਰ੍ਹਾਂ ਇਹ ਤਾਂ ਸਿਰਫ ਕਿਲੋਮੀਟਰ ਨੇ, ਜਿਹੜੇ ਇਹਨਾਂ ਦੇ ਰੇਟ ਵੀ ਵੱਖਰੇ ਹੀ ਹੋਣਗੇ। ਜਿਵੇਂ ਆਮ ਤੌਰ ਤੇ ਜੇ ਮਾਰਕੀਟ ਚੋਂ ਅਸੀਂ ਗੱਡੀ ਲੈਣੀ ਹੋਵੇ ਉਹ ਹੋ ਸਕਦਾ 7-8 ਰੁਪਈਏ ਕਿਲੋਮੀਟਰ ਮਿਲ ਜਾਂਦੀ, ਜਿਵੇਂ 10 ਰੁਪਈਏ ਕਿਲੋਮੀਟਰ ਇਹਨਾਂ ਦੇ ਹੋ ਸਕਦਾ ਉਹ ਵੀ ਹਜ਼ਾਰਾਂ 'ਚ ਹੋਣ। ਇਹ ਘਪਲਿਆਂ ਤੋਂ ਡਰਦੇ ਕਿਉਂਕਿ ਇਹਨਾਂ ਨੇ ਹਰ ਖੇਤਰ ਦੇ ਵਿੱਚ ਬੇਈਮਾਨੀ ਕੀਤੀ ਆ ਅਤੇ ਮਾਫੀ ਵਾਲਾ ਕੰਮ ਹੀ ਕੀਤਾ, ਉਹ ਤਾਂ ਹੁਣ ਸਾਰੇ ਪੰਜਾਬ ਦੇ ਲੋਕ ਜਾਣਦੇ ਆ। ਹੁਣ ਜਾਣੀ ਜਿਵੇਂ ਅਸਲ ਵਿੱਚ ਇਹ ਡਰੇ ਹੋਏ ਬਹੁਤ ਜ਼ਿਆਦਾ ਨੇ ਅਤੇ ਡਰਿਆ ਵਾ ਬੰਦਾ ਜਾਣੀ ਦੀ ਨਾ, ਜਿਵੇਂ ਕਹਿੰਦੇ ਸੱਪ ਨੂੰ ਕੁੱਟਣ ਲੱਗੀਏ ਅਤੇ ਸੱਪ ਜਦੋਂ ਡਰ ਜੇ ਉਦੋਂ ਡੰਗ ਮਾਰਦਾ ਵਰਨਾ ਨਹੀਂ ਮਾਰਦਾ। ਹੁਣ ਇਹਨਾਂ ਦੀ ਹਾਲਤ ਜਾਣੀ ਜੀ ਉਹ ਜਿਹੀ ਆ ਅਤੇ ਲੋਕਾਂ ਨੇ ਹੁਣ ਇਹਨਾਂ ਦੀਆਂ ਸਿਰੀਆਂ ਕੁੱਟਣੀਆਂ ਗੀਆਂ ਅਤੇ ਹੋ ਸਕਦਾ ਉਹਦੀ ਘਬਰਾਹਟ ਦੇ ਵਿੱਚ ਇਹ ਵੀ ਬਹੁਤ ਕੁਝ ਕਰਨ। ਅਤੇ ਇਸੇ ਤਰ੍ਹਾਂ ਸੈਂਟਰ ਦੇ ਵਿੱਚ ਮੋਦੀ ਜੀ ਬਹੁਤ ਡਰੇ ਹੋਏ ਆ, ਉਹ ਕੇਜਰੀਵਾਲ ਤੋਂ ਡਰੀ ਜਾਂਦੇ ਹੈਗੇ ਅਤੇ ਇਹਨਾਂ ਦੀ ਅਵਸਥਾ ਜਾਣੀ ਜੀ ਹੁਣ ਜਿਹੜੀ ਹੋਣੀ ਆ ਉਹਦੇ ਤੋਂ ਸਾਨੂੰ ਜਾਣੀ ਦੀ ਸਿਆਣਪ ਨਾਲ ਸੰਭਲ ਕੇ ਵੀ ਸੁਚੇਤ ਹੋ ਕੇ ਵੀ ਅਤੇ ਸੰਘਰਸ਼ਸ਼ੀਲ ਰੂਪ ਦੇ ਵਿੱਚ। ਮੈਂ ਕਿਹਾ ਪੰਜਾਬ ਦੇ ਲੋਕ ਕਦੇ ਪਰਵਾਹ ਨਹੀਂ ਕਰਦੇ ਇਹੋ ਜਿਹੇ ਗੁੰਡਿਆਂ ਦੀ। ਪੰਜਾਬ ਦਾ ਸਾਡਾ ਵਿਰਸਾ ਹੀ ਬੜਾ ਅਮੀਰ ਹੈਗਾ, ਇੱਥੋਂ ਵਿਦੇਸ਼ ਦੇ ਲੋਕ ਕਾਫੀ ਡਰ ਰਹੇ ਆ ਵੀ ਪਤਾ ਨਹੀਂ ਕੀ ਕਰ ਦੇਣਗੇ, ਪਰ ਮੈਂ ਪਿੰਡਾਂ ਦੇ ਵਿੱਚ ਵਿਚਰਿਆ ਉੱਥੇ ਪਿੰਡਾਂ ਦੇ ਲੋਕ ਕੋਈ ਇਹਨਾਂ ਦੀ ਪਰਵਾਹ ਨਹੀਂ ਕਰਦੇ ਲੀਡਰਾਂ ਉਹਨਾਂ ਦੀ। ਬਿਲਕੁਲ ਸਾਨੂੰ ਇਹਨਾਂ ਅਸੀਂ ਇਹਨਾਂ ਤੋਂ ਲੈਣਾ ਵੀ ਕੀ ਆ। ਮਿਹਰਬਾਨੀ, ਇਨਸਾਫ ਚਾਹੁੰਦੇ ਤੇ ਇਨਸਾਫ ਲਈ ਲੜਨ ਜਾਣਦੇ ਆ ਪੰਜਾਬੀ ਲੜਨਗੇ। ਮਿਹਰਬਾਨੀ ਢਿੱਲੋਂ ਸਾਹਿਬ, ਬਹੁਤ ਚੰਗੇ ਤਰੀਕੇ ਨਾਲ ਉਹਨਾਂ ਨੇ ਸਾਰਾ ਸਮਝਾਇਆ ਵਾ ਵੀ ਇਹ ਜਿਹੜਾ ਮਾਫੀਆ ਰਾਜ ਆ ਉਹ ਇਸ ਵੇਲੇ ਬਹੁਤ ਖਫਾ ਵਾ ਆਮ ਆਦਮੀ ਪਾਰਟੀ ਤੋਂ, ਕਿਉਂਕਿ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਪੱਤਰ ਦੇ ਵਿੱਚ ਜਿਹੜਾ ਨੌਜਵਾਨਾਂ ਵਾਸਤੇ ਉਹਦੇ 'ਚ ਬੜਾ ਕਲੀਅਰ ਕਿਹਾ ਵਾ ਵੀ ਇਹ ਮਾਫੀਆ ਰਾਜ ਅਸੀਂ ਖਤਮ ਕਰਨਾ ਵਾ। ਸੋ ਇਸੇ ਕਰਕੇ ਇਹ ਜਿਹੜਾ ਮਾਫੀਆ ਰਾਜ ਜਿਹੜੇ ਉਹਦੇ ਵਿੱਚ ਲਿਪਤ ਨੇ ਉਹ ਲੋਕ ਜਿਹੜੇ ਆ ਇਸ ਵੇਲੇ ਖਾਸ ਕਰਕੇ ਔਖੇ ਆ। ਬਿਲਕੁਲ, ਲੋਕ ਹੁਣ ਹੌਲੀ ਹੌਲੀ ਹੋਰ ਇਕੱਠੇ ਹੋ ਰਹੇ ਆ, ਖੜ੍ਹੇ ਹੋ ਰਹੇ ਆ। ਕੱਲ੍ਹ ਮੈਂ ਬੰਗੇ 'ਚ ਸੀ, ਅਸੀਂ ਉੱਥੇ ਦਲਿਤ ਭਾਈਚਾਰੇ ਦੇ ਨਾਲ ਉੱਥੇ ਡਾਇਲੋਗ ਕੀਤਾ ਔਰ ਮੈਂ ਲੋਕਾਂ ਦਾ ਗੁੱਸਾ ਜਿਹੜਾ ਵਾ ਉਹ ਜੋ ਵੇਖਿਆ ਉਹ ਮੈਂ ਇਸ ਸ਼ੋਅ ਦੇ ਵਿੱਚ ਸ਼ਾਇਦ ਜ਼ਾਹਿਰ ਵੀ ਨਹੀਂ ਕਰ ਸਕਦਾ। ਜੋ ਲੋਕਾਂ ਦਾ ਇੰਥੂਜ਼ੀਆਜ਼ਮ, ਜੋਸ਼ ਸੀਗਾ ਔਰ ਨਾਲ ਨਾਲ ਗੁੱਸਾ ਵੀ ਸੀ ਸੱਤਾ ਦੇ ਖਿਲਾਫ਼ ਔਰ ਸਰਕਾਰਾਂ ਦੇ ਖਿਲਾਫ਼ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੂੰ ਬੁਨਿਆਦੀ ਹੱਕ ਤੱਕ ਬਹੁਤ ਥਾਵਾਂ 'ਤੇ ਨਹੀਂ ਦਿੱਤੇ ਔਰ ਉਹਨਾਂ ਲੋਕਾਂ ਦੇ ਵਿੱਚ ਪਾੜਾ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਹੁਣ ਲੋਕ ਉਹਦੇ ਤੋਂ ਵੀ ਕਾਫ਼ੀ ਸੁਚੇਤ ਹੋ ਗਏ ਆ। ਔਰ ਇਹ ਨਜ਼ਰ ਆ ਰਿਹਾ ਸੀ ਕੱਲ੍ਹ ਅਸੀਂ ਜਦੋਂ ਬੰਗਾ ਦੇ ਵਿੱਚ ਡਾਇਲੋਗ ਕੀਤਾ ਉਸ ਤਰ੍ਹਾਂ ਦਾ ਹੀ ਡਾਇਲੋਗ ਅਸੀਂ 14 ਤਰੀਕ ਨੂੰ ਫਿਰੋਜ਼ਪੁਰ ਅਤੇ ਉਸ ਤੋਂ ਬਾਅਦ 21 ਤਰੀਕ ਨੂੰ ਗੁਰਦਾਸਪੁਰ ਵੀ ਦਲਿਤ ਵਰਗ ਦੇ ਨਾਲ ਕਰਨ ਜਾ ਰਹੇ। ਇਸੇ ਤਰ੍ਹਾਂ ਦਾ ਡਾਇਲੋਗ ਤੁਹਾਨੂੰ ਪਤਾ ਹੀ ਆ ਪਹਿਲਾਂ ਅਸੀਂ ਕਿਸਾਨਾਂ ਨਾਲ, ਨੌਜਵਾਨਾਂ ਨਾਲ ਕੀਤਾ ਔਰ ਇਹੋ ਜਿਹਾ ਡਾਇਲੋਗ ਜਿਹੜਾ ਵਾ ਅਸੀਂ ਬਾਕੀ ਵਰਗਾਂ ਨਾਲ ਵੀ ਕਰ ਰਹੇ ਹਾਂ। ਐੱਨ ਆਰ ਆਈਜ਼ ਨਾਲ ਵੀ ਸਾਡਾ ਪਲੈਨ ਆ ਸਪਟੰਬਰ ਦੇ ਮਿਡਲ ਜਾਂ ਅਖੀਰ ਦੇ ਵਿੱਚ ਐੱਨ ਆਰ ਆਈਜ਼ ਦੇ ਨਾਲ ਵੀ ਡਾਇਲੋਗ ਕਰਨ ਦਾ ਔਰ ਹੋ ਸਕਦਾ ਵਾ ਉਸ ਡਾਇਲੋਗ ਵਾਸਤੇ ਮੈਂ ਨੌਰਥ ਅਮੈਰੀਕਾ ਦੇ ਕੁਛ ਇਲਾਕਿਆਂ ਦੇ ਵਿੱਚ ਵੀ ਆ ਕੇ ਤੁਹਾਡੇ ਵਿੱਚ ਆਵਾਂ ਔਰ ਤੁਹਾਡੇ ਨਾਲ ਤੁਹਾਡੇ ਸਲਾਹ ਮਸ਼ਵਰਾ ਤੁਹਾਡੇ ਨਾਲ ਕਰੀਏ, ਤੁਹਾਡੇ ਵਿਚਾਰ ਵੀ ਲਈਏ। ਅਗਲੀ ਕਾਲ ਵੱਲ ਵੱਧਦੇ, ਦੇਖਦੇ ਹਾਂ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਮੈਂ ਪਰਮਜੀਤ ਬੋਲਦਾ ਜੀ ਕੈਲਗਰੀ ਤੋਂ। ਚਰਨਜੀਤ? ਹਾਂਜੀ ਭਾਈ ਸਾਹਿਬ, ਪਰਮਜੀਤ। ਹਾਂਜੀ ਪਰਮਜੀਤ ਜੀ, ਹਾਂਜੀ ਸੰਧੂ ਸਾਹਿਬ, ਗੱਲ ਇਹ ਹੈ ਵੀ ਜੋ ਇਹ ਇਕੱਲਾ ਬਲਟੋਹਾ ਸਾਹਿਬ ਹੀ ਨਹੀਂ ਗਏ, ਸਾਹਿਬ ਵੈਸੇ ਮੈਨੂੰ ਕਹਿਣਾ ਨਹੀਂ ਚਾਹੀਦਾ, ਬਲਟੋਹਾ ਹੀ ਨਹੀਂ ਇਕੱਲਾ, ਇਹ ਬਾਕੀ ਵੀ ਸਾਰੇ ਇੱਦਾਂ ਦੇ ਨੇ। ਕਿਸੇ ਦੀ ਬਿਆਨਬਾਜ਼ੀ ਲੈ ਲਓ ਤੁਸੀਂ ਜੀ, ਪਿੱਛੇ ਜੇ ਮਲੂਕਾ ਸਾਹਿਬ ਦੀ ਬਿਆਨਬਾਜ਼ੀ ਸੀ, ਅਖੇ ਕੈਨੇਡਾ ਅਤੇ ਅਮੈਰੀਕਾ ਦੀ ਪੁਲਿਸ ਨੂੰ ਕੰਮ ਕਰਨਾ ਨਹੀਂ ਆਉਂਦਾ, ਉਹਨਾਂ ਨੂੰ ਪੰਜਾਬ ਪੁਲਿਸ
ਕਾਫੀ ਦੇਰ ਹੋ ਗਈ ਟੀਚਰਾਂ ਨੇ ਸਟ੍ਰਾਈਕ ਕੀਤੀ ਸੀ ਤੇ ਤੋਤਾ ਸਿਉਂ ਪਤਾ ਨਹੀਂ ਕਿੰਨੀਆਂ ਕੁ ਜਮਾਤਾਂ ਪੜ੍ਹਿਆ ਵਾ ਜਿਹੜੀ ਇੱਦਾਂ ਦੀ ਸਟੇਟਮੈਂਟ ਦੇਣੀ ਪਈ। ਉਹਨਾਂ ਨੇ ਸਟ੍ਰਾਈਕ ਕੀਤੀ ਤੇ ਇਹ ਕਹਿੰਦਾ ਸੀ ਮੈਂ ਵੀ ਜੱਟ ਦਾ ਪੁੱਤ ਹਾਂ ਤੁਸੀਂ ਸਟ੍ਰਾਈਕ ਕਰਕੇ ਦੇਖ ਲਓ। ਜੀ ਬਿਲਕੁਲ ਬਿਲਕੁਲ। ਤੇ ਹੁਣ ਬਟੋਲਾ ਸਾਹਿਬ ਜੀ ਨੇ ਵੀ ਕਿਹਾ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਹਰਾਸ ਕਰੋ ਬੇਇੱਜ਼ਤੀ ਕਰੋ ਜੀ। ਬਹੁਤ ਹੀ ਘਟੀਆ ਤੇ ਸ਼ਰਮਨਾਕ ਸਟੇਟਮੈਂਟਾਂ ਨੇ ਇਹਨਾਂ ਸਾਰਿਆਂ ਦੀਆਂ ਜੀ। ਇਹ ਮੈਂ ਤਾਂ ਇਹ ਸਾਡੇ ਗੁਰੂ ਸਾਹਿਬ ਨੇ ਜੋ ਸਾਡੀ ਸਿੱਖੀ ਕੌਮ ਸਿੱਖ ਕੌਮ ਸਾਜੀ ਉਹਦੇ ਸਿਧਾਂਤਾਂ ਤੇ ਇਹ ਕਾਲਖ ਮਲ ਰਹੇ ਨੇ ਜੀ। ਸਿੱਖਾਂ ਦੀ ਜੋ ਅਣਖ ਤੇ ਕਿੱਥੋਂ ਤੱਕ ਮੰਨੀ ਜਾਂਦੀ ਸੀਗੀ ਕਿ ਉਹ ਜ਼ੁਲਮ ਦੇ ਤੇ ਧੱਕੇਸ਼ਾਹੀ ਦੇ ਅਗੇਂਸਟ ਆਪਦੀ ਜਾਨ ਵੀ ਕੁਰਬਾਨ ਕਰਨ ਨੂੰ ਤਿਆਰ ਹੈ, ਤੇ ਅੱਜ ਕੱਲ ਜਦੋਂ ਸੋਚਦੇ ਵੀ ਇੰਨੇ ਕੁਰਬਾਨੀਆਂ ਕੀਤੀਆਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਤੇ ਇਹੋ ਜਿਹੇ ਗੁੰਡੇ ਹੁਣ ਆਜ਼ਾਦੀ ਦਾ ਇਹ ਫਾਇਦਾ ਉਠਾ ਰਹੇ ਹੈ, ਬਹੁਤ ਮਾੜੀ ਗੱਲ ਹੈ ਇਹਨਾਂ ਵਾਸਤੇ। ਤੇ ਮੈਂ ਇੰਨਾ ਕਹਿਣਾ ਚਾਹੁੰਦਾ ਸੀਗਾ ਜੇ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਇੱਦਾਂ ਦੀ ਕੋਈ ਬਿਆਨਬਾਜ਼ੀ ਦੇਵੇ ਕੋਈ ਲੀਡਰ, ਤੇ ਮੇਰਾ ਖਿਆਲ ਹੈ ਕਿਸੇ ਨੂੰ ਹੋਰ ਕੋਈ ਐਕਸ਼ਨ ਕਰਨਾ ਹੀ ਨਹੀਂ ਪੈਣਾ। ਉਹਦੇ ਕੰਸਟੀਟਿਊਸ਼ਨ ਦੇ ਕੰਸਟੀਟਿਊਟ ਦੇ ਜਿਹੜੇ ਵੋਟਰਸ ਹੋਣਗੇ ਉਹੀ ਉਹ ਤੋਂ ਮੈਕਸੀਮਮ 24 ਘੰਟੇ ਦੇ ਵਿੱਚ ਰਿਜ਼ਾਈਨ ਲੈ ਲੈਣਗੇ, ਕਿਸੇ ਹੋਰ ਨੂੰ ਕੋਈ ਐਕਸ਼ਨ ਲੈਣ ਦੀ ਲੋੜ ਹੀ ਨਹੀਂ ਪੈਣੀਗੀ। ਬਿਲਕੁਲ ਸਹੀ ਕਿਹਾ ਪਰਮਜੀਤ ਸਿੰਘ, ਬਿਲਕੁਲ ਸਹੀ ਕਿਹਾ ਤੁਸੀਂ। ਹਾਲਾਤ ਨੇ ਇੱਥੇ ਜੀ, ਮਿਹਰਬਾਨੀ ਮਿਹਰਬਾਨੀ। ਇਹੋ ਜਿਹੀ ਚੀਜ਼ ਬਾਹਰਲੇ ਮੁਲਕਾਂ 'ਚ ਬਿਲਕੁਲ ਐਕਸੈਪਟੇਬਲ ਨਹੀਂ, ਔਰ ਹੈਰਾਨੀ ਦੀ ਗੱਲ ਹੈ ਕਿ ਇੱਥੇ ਇਹਦੇ 'ਤੇ ਮੁੱਖ ਮੰਤਰੀ ਨੇ ਵੀ ਹੁਣ ਤੱਕ ਕੋਈ ਐਕਸ਼ਨ ਨਹੀਂ ਲਿਆ। ਮੀਨਵਾਈਲ ਸਾਡੇ ਫੇਸਬੁੱਕ 'ਤੇ ਸੀਤਲ ਭੁੱਲਰ, ਅਵਤਾਰ ਸਿੰਘ ਸਿੱਧੂ, ਇਹ ਆਮ ਆਦਮੀ ਪਾਰਟੀ ਦੇ ਨਾਲ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਇਸ ਵੇਲੇ ਸਾਡੇ ਨਾਲ ਫੇਸਬੁੱਕ 'ਤੇ ਨੇ। ਸੁਖਵਿੰਦਰ ਸਿੰਘ ਵੀ ਇਸ ਵੇਲੇ ਜੁੜੇ ਆ, ਔਰ ਸਰਬਜੀਤ ਪੰਗੂ ਉਹ ਲੰਡਨ ਓਨਟਾਰੀਓ ਤੋਂ ਕਾਲ ਫੇਸਬੁੱਕ 'ਤੇ ਨੇ, ਔਰ ਉਹ ਕਹਿ ਰਹੇ ਨੇ ਕਿ ਆਹ ਜਿਹੜਾ ਇਹੋ ਜਿਹੇ ਬਿਆਨਾਂ ਦਾ ਮਸਲਾ ਜਦੋਂ ਉਹਨਾਂ ਨੇ ਟੇਕਅਪ ਕੀਤਾ ਤੇ ਕੁਝ ਅਕਾਲੀਆਂ ਵੱਲੋਂ ਅਕਾਲੀ ਮੈਂਬਰਾਂ ਵੱਲੋਂ ਉਹਨਾਂ ਨੂੰ ਧਮਕੀਆਂ ਆਈਆਂ ਕਿ ਉਹ ਉਹਨਾਂ ਦਾ ਨੁਕਸਾਨ ਕਰ ਦੇਣਗੇ, ਇਹੋ ਜਿਹੀ ਗੱਲ ਜ਼ਰੂਰਤ ਨਾ ਕਰੋ ਇਹੋ ਜਿਹੀ ਗੱਲ ਕਰਨ ਦੀ। ਸਰਬਜੀਤ ਜੀ ਸਾਡੀ ਹਮਦਰਦੀ ਤੁਹਾਡੇ ਨਾਲ, ਅਸੀਂ ਤੁਹਾਡੇ ਨਾਲ ਆ। ਕੋਈ ਮੇਰੇ ਖਿਆਲ ਡਰਨ ਦੀ ਗੱਲ ਨਹੀਂ, ਜੇ ਕੋਈ ਗਲਤ ਬਿਆਨਬਾਜ਼ੀ ਕਰਦਾ ਤਾਂ ਉਹਨੂੰ ਡਰਨਾ ਚਾਹੀਦਾ ਵਾ, ਜਿਹੜੇ ਉਹਨੂੰ ਚੈਲੇਂਜ ਕਰਦੇ ਆ ਔਰ ਸਹੀ ਗੱਲ ਕਰਦੇ ਆ ਕਾਨੂੰਨ ਤਹਿਤ ਜਿਹੜੇ ਚੱਲਣਾ ਚਾਹੁੰਦੇ ਆ ਉਹਨਾਂ ਨੂੰ ਕੋਈ ਡਰਨ ਦੀ ਮੇਰੇ ਖਿਆਲ ਲੋੜ ਬਿਲਕੁਲ ਨਹੀਂ। ਅਗਲੀ ਕਾਲਰ ਵੱਧਦੇ ਹਾਂ, ਇੱਕ ਜਾਂ ਦੋ ਕਾਲਸ ਲੈ ਕੇ ਫਿਰ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਫਰਿੱਜ ਤੋਂ ਬੋਲ ਰਿਹਾ ਜੀ, ਬਰਾੜ ਨਾਲ। ਫਰੀਦਕੋਟ ਤੋਂ ਜਾਂ ਫਰਿੱਜਨੋ ਤੋਂ? ਫਰਿੱਜਨੋ ਤੋਂ ਜੀ, ਫਰਿੱਜਨੋ ਤੋਂ। ਹਾਂਜੀ ਹਾਂਜੀ ਬਰਾੜ ਸਾਹਿਬ। ਹਾਂਜੀ, ਆਪਣੇ ਇਹ ਤਾਂ ਜੀ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਵੀ ਇਹਨਾਂ ਨੂੰ ਬਟੋਏ ਨੂੰ ਸਾਰੇ ਸੁਖਬੀਰ ਬਾਦਲ ਨੂੰ ਚਾਵਲਾ ਸਾਹਿਬ ਨੂੰ ਸਾਰਿਆਂ ਨੂੰ ਹੁਣ ਅੱਤਵਾਦੀ ਦਿਸਣਗੇ ਜੀ ਗਾਂਧੀਆਂ ਤੋਂ ਬਿਨਾਂ। ਇਹਨਾਂ ਨੂੰ ਹੁਣ ਹੋਰ ਕੁਛ ਨੀ ਦਿੰਦਾ, ਇਹਨਾਂ ਦੇ ਹਰੀਆਂ ਐਨਕਾਂ ਲੱਗੀਆਂ ਹੋਈਆਂ ਜੀ, ਇਹਨਾਂ ਦੀਆਂ ਲਿਸਟਾਂ ਤੋਂ ਜਿੰਨੇ ਕੁ ਰਹਿ ਗਏ ਨਾ ਮਗਰੋਂ ਤੁਸੀਂ ਫੜ ਫੜ ਕੇ ਅੰਦਰ ਕਰ ਦਿਓ ਬਸ, ਕਿਉਂ ਕੋਈ ਘਰੇਤਾ ਖਾਧੀ ਹੈ ਕਿਸੇ ਦੀ, ਕਿਸੇ ਦੀ ਬੱਜਰੀ ਖਾਧੀ ਹੈ, ਕਿਸੇ ਨੇ ਕੁਛ ਖਾ ਲਿਆ, ਕੋਈ ਸੜਕਾਂ ਖਾ ਗਿਆ, ਕੋਈ ਦਰਖਤ ਖਾ ਗਿਆ, ਇਹਨਾਂ ਦੇ ਪੱਲੇ ਪੁੱਲੇ ਕੁਛ ਨੀ। ਤੁਸੀਂ ਇਹਨਾਂ ਦੇ ਇਕੱਠ ਤੋਂ ਤਾਂ ਡਰੋ, ਉਹ ਹੀ ਆ ਬੰਦੇ ਜਿਹੜੇ ਤੁਰੇ ਫਿਰਦੇ ਆ ਸਾਰੇ ਪੰਜਾਬ ਚ। ਬਿਲਕੁਲ ਠੀਕ, ਤੁਸੀਂ ਇਹਨਾਂ ਦੀਆਂ ਗੱਡੀਆਂ ਦੇ ਨੰਬਰ ਨੋਟ ਕਰ ਲਓ, ਉਹੀ ਫਰੀਦਕੋਟ ਹੋਣਗੇ, ਉਹੀ ਬਠਿੰਡੇ, ਉਹੀ ਹੁਸ਼ਿਆਰਪੁਰ, ਉਹੀ ਅੰਮ੍ਰਿਤਸਰ। ਤੇ ਬਾਕੀ ਗੱਲ ਹੈ ਕਿ ਜਿਹੜਾ ਯੂਥ ਕਹਿੰਦੇ ਆ ਸੰਧੂ ਸਾਹਿਬ, ਬੱਗੀਆਂ ਦਾੜੀਆਂ ਵਾਲੇ ਉਹ ਯੂਥ ਹੁੰਦੇ ਆ, ਮੇਰੇ ਵਰਗੇ ਬੁੱਢੇ 75 ਸਾਲਾਂ ਦੇ, ਉਹਨਾਂ ਨੇ ਉਦੋਂ ਵੀ ਪੱਟੀਆਂ ਬੰਨੀਆਂ ਵੀ ਹੈ, ਇਹ ਕਿਹੜਾ ਯੂਥ ਆ? ਤੇ ਇੱਕ ਮੇਰੀ ਹੋਰ ਥੋੜੀ ਜ਼ਿੰਦਗੀ ਜੀ ਗੱਲ ਆ, ਬੇਨਤੀ ਆਉਂਦਾ ਤੁਹਾਡਾ ਟਾਈਮ, ਇੱਕ ਆ ਜਿਹੜਾ ਅਕਮਾਲ ਸੋ ਚੀਮਾ ਬੋਲਦਾ ਹੁੰਦਾ ਨਾ ਇੱਥੋਂ ਕੈਨਗਿਰੀ ਤੋਂ, ਤੇ ਮਿਹਰਬਾਨੀ ਕਰਕੇ ਇਹਦਾ ਪਿੰਡ ਦੱਸ ਦਿਓ, ਤੇ ਕਿਤੇ ਨਾ ਕਿਤੇ ਜੇ ਫੋਨ ਵੀ ਦੱਸ ਦਿਓ ਤਾਂ ਬਹੁਤ ਮਿਹਰਬਾਨੀ, ਇਹਨੂੰ ਕਿਤੇ ਪਿੰਡ ਹੀ ਮਿਲ ਲਾਂਗੇ। ਮਿਹਰਬਾਨੀ, ਬਹੁਤ ਧੰਨਵਾਦ ਤੁਹਾਡਾ ਜੀ। ਮਿਹਰਬਾਨੀ ਬਰਾੜ ਸਾਹਿਬ, ਮਿਹਰਬਾਨੀ। ਇਨਫੈਕਟ ਜਦੋਂ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਤੇ ਕਾਨੂੰਨ ਤਹਿਤ ਜਿੰਨੇ ਲੋਕਾਂ ਨੇ ਗਲਤ ਕੰਮ ਕੀਤੇ ਆ ਵਾਕਈ ਇਹਨਾਂ ਦੇ ਖਿਲਾਫ਼ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਊਗੀ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਕੀ ਆਪਣੀ ਗੱਲ ਜਿਹੜੀ ਆ ਸਾਂਝੀ ਕਰਨੀ ਚਾਹੁੰਦੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਮੈਂ ਸਿਕੰਦਰ ਬੋਲਦਾ ਜੀ ਮਿਸ਼ੀਗਨ ਤੋਂ। ਹਾਂਜੀ ਹਾਂਜੀ ਸਿਕੰਦਰ ਜੀ, ਦੱਸੋ ਕੀ ਨਜ਼ਰੀਆ ਵਾ ਇਸ ਮਸਲੇ ਤੇ ਤੁਹਾਡਾ? ਅਸਲ 'ਚ ਕੀ ਹੋਇਆ ਨਾ, ਜਿਹੜੀ 4.5 ਸਾਲ ਪਹਿਲਾਂ ਪੰਜਾਬ ਵਾਲਿਆਂ ਨੇ ਗਲਤੀ ਕਰ ਲਈ, ਉਦੋਂ ਤੋਂ ਇਹਨਾਂ ਨੂੰ ਇਹ ਹੋ ਗਿਆ ਵੀ ਹੁਣ ਤਾਂ ਸਾਡਾ ਹੀ ਰਾਜ ਰਹਿਣਾ ਜੀ, ਉਹਦੇ ਖੁਸ਼ੀ 'ਚ ਲਾ ਲਓ ਜਾਂ ਜੋਸ਼ 'ਚ ਲਾ ਲਓ, ਇਹ ਹੋਸ਼ ਗਵਾ ਬੈਠੇ ਜੀ। ਇਹਨਾਂ ਨੇ ਇੰਨਾ ਕੁਛ ਕਰ ਲਿਆ, ਇੰਨੇ ਘਪਲੇ, ਇੰਨੀਆਂ ਗਲਤੀਆਂ ਕਰ ਲਈਆਂ, ਹੁਣ ਇਹਨਾਂ ਨੂੰ ਦਿਖ ਰਿਹਾ ਹੈ ਕਿ ਅਸੀਂ ਹਾਰ ਰਹੇ ਹਾਂ ਜੀ, ਤੇ ਹਾਰਨ ਤੋਂ ਬਾਅਦ ਜਿਹੜਾ ਇਹਨਾਂ ਦੇ ਘਪਲੇ ਨਿਕਲਣੇ ਨੇ ਹਰ ਗੱਲ ਦੇ ਵਿੱਚ, ਜੋ ਜਿੱਦਾਂ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ, ਉਹਦੇ 'ਚ ਡਰਦੇ ਮਾਰੇ ਇਹ ਬਖਲਾ ਗਏ, ਉਹਦੇ 'ਚ ਬਿਆਨ ਦੇਈ ਜਾਂਦੇ ਨੇ। ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਦਾ ਬਿਆਨ ਸੀ, ਦੱਸੋ ਕਿੱਡਾ ਜਾਣੀ ਸੁਣ ਕੇ ਬਿਆਨ ਹਾਸਾ ਆਉਂਦਾ ਸੀ। ਉਹ ਕਹਿੰਦੇ ਵੀ ਗੈਂਗਵਾਰ ਪੰਜਾਬ ਦੇ ਵਿੱਚ ਹੋ ਰਹੀ ਹੈ, ਇਹਦੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ? ਉਹ ਕਹਿੰਦਾ ਇਹਦੇ ਪਿੱਛੇ ISI ਦਾ ਹੱਥ ਹੈ। ਹਾਂਜੀ,
ਤੁਸੀਂ ਦੱਸੋ ਇਹ ਕੋਈ ਇੱਕ ਤੁੱਕ ਬਣਦੀ ਹੈ ਗ੍ਰਹਿ ਮੰਤਰੀ ਡਿਪਟੀ ਸੀਐਮ ਦੀ, ਇਹ ਤੁੱਕ ਜਦ ਪਾਰਟੀ ਪ੍ਰਧਾਨ ਇਹੋ ਜਿਹੇ ਬਿਆਨ ਦੇ ਰਿਹਾ ਤੇ ਦੂਜਿਆਂ ਤਾਂ ਦੇਣੀ ਨੇ ਜੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਆ। ਪਾਰਟੀ ਪ੍ਰਧਾਨ ਸਾਹਿਬ ਕਹਿ ਰਹੇ ਨੇ ਪੰਜਾਬ ਕੈਲੀਫੋਰਨੀਆ ਤੇ ਕੈਨੇਡਾ ਨੂੰ ਖੁਸ਼ਹਾਲ ਰਹਿਣ ਲਈ, ਤੁਸੀਂ ਦੋਵੇਂ ਮੁਲਕਾਂ 'ਚ ਘੁੰਮ ਕੇ ਗਏ ਹੋ ਤੇ ਪੰਜਾਬ 'ਚ ਵੀ ਰਹਿ ਰਹੇ ਹੋ, ਇਹ ਤੁਸੀਂ ਦੇਖ ਲਓ ਵੀ ਪੰਜਾਬ ਖੁਸ਼ਹਾਲ ਹੈ। ਪੰਜਾਬ ਦੇ ਵਿੱਚ ਤਾਂ ਦਿਨੇ ਧੀਆਂ ਨੂੰ ਨਿਕਲਣ ਤੋਂ ਡਰ ਲੱਗਦਾ। ਬਿਲਕੁਲ ਠੀਕ ਆ, ਬਿਲਕੁਲ ਠੀਕ ਆ। ਸਿਕੰਦਰ ਸਿੰਘ ਨੇ ਬੜਾ ਵੈਲਿਡ ਪੁਆਇੰਟ ਕਿਹਾ ਵਾ ਕਿ ਜੇ ਅਕਾਲੀ ਦਲ ਦੇ ਪ੍ਰਧਾਨ ਇਹੋ ਜਿਹੇ ਬਿਆਨ ਦੇ ਰਹੇ ਜਿਹੋ ਜਿਹੇ ਉਹ ਕਹਿ ਰਹੇ ਆ, ਜਿਵੇਂ ਉਹ ਕਹਿ ਰਹੇ ਕਿ ISI ਦਾ ਪੰਜਾਬ ਦੇ ਵਿੱਚ ਹੱਥ ਆ, ਆਮ ਆਦਮੀ ਪਿੱਛੇ ISI ਆ, ਇਹੋ ਜਿਹੇ ਬਿਆਨ ਜੇ ਉਹ ਦਿੰਦੇ ਆ ਤਾਂ ਫਿਰ ਬਾਕੀ ਪਾਰਟੀ ਲੀਡਰਾਂ ਨੇ ਤਾਂ ਇਹੋ ਜਿਹੇ ਵਿਆਜ ਦੇਣੇ ਆ, ਬਿਆਨ ਦੇਣੇ ਆ। ਸੋ ਪਹਿਲਾਂ ਇਹਨਾਂ ਦੇ ਪ੍ਰਧਾਨ ਨੂੰ ਇੱਕ ਜ਼ਿੰਮੇਵਾਰ ਬਿਆਨ ਜਿਹੜੇ ਆ ਦੇਣੇ ਸ਼ੁਰੂ ਕਰਨੇ ਚਾਹੀਦੇ ਆ। ਜੇ ਨਹੀਂ ਦੇ ਸਕਦੇ ਤਾਂ ਮੇਰੇ ਖਿਆਲ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਨੂੰ ਤਾੜਨਾ ਚਾਹੀਦਾ ਵਾ। ਅਗਲੀ ਕਾਲ ਵੱਲ ਵੱਧਦੇ ਹਾਂ। ਮੀਨਵਾਈਲ ਅਗਲੀ ਕਾਲ ਤੋਂ ਪਹਿਲਾਂ ਹੈਰੀ ਸਿੰਘ, ਹਰਪਾਲ ਸਿੰਘ ਦਿਓਲ, ਜਸਪ੍ਰੀਤ ਕੌਰ ਨਾਗਰਾ, ਰਾਜਾ ਅਤਵਾਲ ਇਸ ਵੇਲੇ ਉਹਨਾਂ ਨੇ ਫਰੈਸ਼ ਕਮੈਂਟਸ ਆਪਣੇ ਪੋਸਟ ਕੀਤੇ ਆ, ਉੱਥੇ ਜਾ ਕੇ ਇਹਨਾਂ ਦੇ ਕਮੈਂਟਸ ਤੁਸੀਂ ਸ਼ੇਅਰ ਕਰ ਸਕਦੇ ਜੇ। ਅਗਲੀ ਕਾਲ ਵੱਲ ਵੱਧਦੇ ਹਾਂ। ਹੈਲੋ, ਹਾਂਜੀ ਭਾਈ ਸਾਹਿਬ, ਤੁਸੀਂ ਔਨ ਏਅਰ ਜੇ, ਦੱਸੋ ਕੀ ਕਹਿਣਾ ਚਾਹੁੰਦੇ ਜੇ? ਸ਼ਾਇਦ ਉਹ ਪੈਚ ਨਹੀਂ ਹੋਇਆ। ਹਾਂਜੀ ਹਾਂਜੀ, ਔਨ ਏਅਰ ਜੇ ਤੁਸੀਂ। ਹਾਂਜੀ, ਮੈਂ ਰਾਜਵੀਰ ਬੋਲਦਾ ਇੱਧਰੋਂ। ਹਾਂਜੀ, ਮੇਰਾ ਅਸਲੀ ਨਾਂ ਠੀਕ ਆ ਜੀ, ਮੈਂ ਨੈਕਸਟ ਫਲਾਈਟ ਤੋਂ ਨੱਠਾ ਹੋਇਆ। ਕਾਹਦੇ ਤੋਂ? ਨੈਕਸਟ ਵਾਲੀਆਂ ਤੋਂ। ਅੱਛਾ ਜੀ, ਚਾਰੂ ਮਜੂਦਾਰ ਦੀ ਪਾਰਟੀ ਨੂੰ ਬਿਲੋਂਗ ਕਰਦਾ ਸੀ ਮੈਂ ਜੀ। ਓਕੇ ਓਕੇ, ਤੇ ਇਹਨੇ ਸੱਤ ਬੰਦੇ ਬਾਦਲ ਨੇ ਉਦੋਂ ਸਾਡੇ ਮੁਕਾਬਲੇ ਚ ਮਾਰਤੇ। ਇਹ 1970 ਦੀ ਗੱਲ ਆ? ਦੂਜੀ ਗੱਲ ਸੁਣੀ ਆ, ਉਮਰਾ ਨੰਗਾ ਜਿਹੜਾ ਜਿਮਨ ਸਿੰਘ ਆ, ਉਹ ਮੇਰਾ ਸਕਾਤਾ ਆ। ਕੌਣ ਜੀ? ਉਮਰਾ ਨੰਗੜੀਆ। ਅੱਛਾ ਅੱਛਾ ਜੀ, ਕਿਉਂਕਿ ਪਿੰਡ ਉਹਨਾਂ ਨੇ ਜ਼ਮੀਨ ਚੇਂਜ ਕਰ ਲਈ ਸੀ ਇਹਨਾਂ ਨੇ ਆਪਸ ਵਿੱਚ। ਓਕੇ ਓਕੇ ਓਕੇ, ਹਾਂਜੀ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਹੁਣ ਮੈਨੂੰ ਇੱਥੇ ਹੋ ਕੇ, ਮੈਂ ਇੱਥੇ 70 'ਚ ਕੈਨੇਡਾ ਰਹਿਣ ਡਿਆ, ਉਹ 5 ਸਾਲ ਮੈਂ ਪਹਿਲਾਂ ਇੰਗਲੈਂਡ 'ਚ ਰਿਹਾ ਜੀ। ਅਤੇ ਹੁਣ ਤਾਂ ਤੁਸੀਂ ਉੱਥੇ ਦੇ ਸਿਟੀਜ਼ਨ ਹੋਣੇ ਆ? ਨਹੀਂ ਜੀ, ਮੈਂ ਤਾਂ ਸਾਰਾ ਕੁਛ ਆ ਜੀ, ਇੱਥੇ ਡੈਡੀ ਵੀ ਇੱਥੇ ਦੇ ਬਹੁਤ ਆ ਸਾਰਾ ਕੁਛ। ਓਕੇ, ਕਿਉਂਕਿ ਇਹ ਬੰਦਿਆਂ ਨੂੰ ਅਜੇ ਇਹ ਨਹੀਂ ਪਤਾ ਪਰਮਵੀਰ ਨੂੰ ਜੋਬ ਕਿੱਦਾਂ ਦਿੱਤੀ ਉਹਨਾਂ ਨੇ, ਉਹਦਾ ਬਾਪ ਤਾਂ ਰਹਿੰਦੇ ਇੱਥੇ ਡਿਟਰੋਇਟ। ਰਾਜਵੀਰ ਜੀ, ਮੇਰੇ ਖਿਆਲ ਤੁਹਾਡੀ ਗੱਲ ਬਹੁਤੀ ਕਲੀਅਰ ਆ ਨਹੀਂ ਰਹੀ। ਮਸਲਾ ਜਿਹੜਾ ਨਾ, ਜਿਹੜਾ ਮਸਲਾ ਡਿਸਕਸ ਕਰ ਰਹੇ ਹੋ, ਥੋੜ੍ਹਾ ਜਿਹਾ ਹੋ ਰਿਹਾ ਮੇਰੇ ਖਿਆਲ, ਤੁਸੀਂ ਦੂਜੇ ਪਾਸੇ ਗੱਲ ਕਰ ਰਹੇ, ਗੱਲ ਬੜੀ ਕਲੀਅਰ ਹੋ ਨਹੀਂ ਰਹੀ। ਮੇਰੇ ਖਿਆਲ ਤੁਹਾਨੂੰ ਅਗਲੇ ਕਿਸੇ ਦਿਨ ਸ਼ੋਅ ਦੇ ਵਿੱਚ ਕਾਲ ਕਰਕੇ ਆਪਣੀ ਗੱਲ ਕਹਿਣੀ ਪਊ। ਮੈਂ ਅਗਲੀ ਕਾਲ ਵੱਲ ਵੱਧਦੇ ਨਾ, ਲਾਸਟ ਕਾਲ ਲੈ ਕੇ ਫਿਰ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਹਾਂਜੀ ਇੰਦਰਜੀਤ, ਸੰਖੇਪ ਦੇ ਵਿੱਚ ਆਪਣੇ ਕੋਲ ਸਮਾਂ ਬੜਾ ਥੋੜਾ। ਹਾਂਜੀ, ਮੈਂ ਇਹ ਕਹੂੰਗਾ ਵੀ ਆਪਣੇ ਫੋਰਨ ਕੰਟਰੀਆਂ ਦੇ ਵਿੱਚ ਇੱਥੇ ਦੱਸਦੇ ਆ ਵੀ ਜੇ ਕੋਈ ਸਿੱਖ ਬੰਦਾ ਦਰਤਾਰ ਬੰਨਿਆ ਉਹਦੇ ਕੋਈ ਵੀ ਚਲੇ ਜਾਓ ਹੈਲਪਫੁਲ ਬੰਦਾ ਹੋਊਗਾ। ਸਾਡੇ ਆਪਣੇ ਪੰਜਾਬ ਦਰਤਾਰ ਬੰਨ ਕੇ ਪੂਰੇ ਸਿੱਖ ਰੂਪ ਦੇ ਵਿੱਚ ਸਾਡੇ ਹੀ ਲੋਕਾਂ ਨੂੰ ਇੱਦਾਂ ਦੇ ਬਿਆਨ ਦੇ ਰਹੇ ਆ, ਬਹੁਤ ਨਿੰਦਣਯੋਗ ਆ। ਜੇ ਚੱਜ ਦੇ ਬਿਆਨ ਦਿੱਤੇ ਹੁੰਦੇ ਤਾਂ ਸਾਡੇ ਪੰਜਾਬ ਦਾ ਇਹ ਹਾਲ ਨਾ ਹੁੰਦਾ। ਇਹ ਭਾਜੀ ਗਵਰਨਮੈਂਟ ਜ਼ਰੂਰ ਚੇਂਜ ਹੋਣੀ ਚਾਹੀਦੀ ਆ, ਆਖਰੀ ਚਾਂਸ ਹੈ, ਸਾਨੂੰ ਸਾਰਿਆਂ ਨੂੰ ਰਲ ਕੇ ਇਹਨਾਂ ਨੂੰ ਚੇਂਜ ਕਰੋ ਜਿੱਦਾਂ ਮਰਜ਼ੀ ਕਰੋ, ਨਹੀਂ ਤਾਂ ਬਹੁਤ ਬੁਰਾ ਹਾਲ ਹੋਣਾ। ਥੈਂਕ ਯੂ ਭਾਜੀ। ਮਿਹਰਬਾਨੀ ਮਿਹਰਬਾਨੀ। ਬਿਆਨ ਜਿਹੜੇ ਉਹਨਾਂ ਕਿਹਾ ਵਾ, ਇੰਦਰਜੀਤ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਏ ਦਾ ਬਿਆਨ ਜਿਹੜਾ ਵਾ ਨਿੰਦਣਯੋਗ ਆ, ਔਰ ਸਾਨੂੰ ਚੇਂਜ ਲਿਆਉਣ ਵਾਸਤੇ ਹਰ ਕੋਸ਼ਿਸ਼ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਸੋ ਹੁਣ ਸਮਾਂ ਖਤਮ ਹੋ ਰਿਹਾ ਵਾ, ਸੋ ਅੱਜ ਇੰਨਾ ਹੀ, ਹੁਣ ਆਪਾਂ ਕੱਲ੍ਹ ਮਿਲਾਂਗੇ, ਉਦੋਂ ਤੱਕ ਲਈ ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼, ਰੱਬ ਰਾਖਾ।